ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗੈਵੀ ਚੌਹਾਨ ਵਲੌਗਸ ਯੂਟਿਊਬ 'ਤੇ। ਨਾ ਇੱਕ ਰਾਏਕੋਟ ਦੀ ਜਿਹੜੀ ਕੋਠੀ ਦੀ ਆ ਵੀਡੀਓ, ਉਹ ਬਹੁਤ ਚੱਲ ਰਹੀ ਆ, ਹੈ ਨਾ। ਅਤੇ ਉਸ ਤੋਂ ਪਹਿਲਾਂ ਕੋਠੀ ਦਾ ਵਿਵਾਦ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਆ, ਹੈ ਨਾ। NRI ਫੈਮਿਲੀ ਦੀ ਕੋਠੀ ਸੀਗੀ ਅਤੇ ਉਹ ਬਹੁਤ ਜਾਣੀ ਕਿ 1-2 ਏਕੜ ਦੇ ਵਿੱਚ ਬਣੀ ਸੀ, ਆਲੀਸ਼ਾਨ ਮਹਿਲ ਸੀਗਾ। ਅਤੇ ਜਿਹੜੇ ਮਾਲਕ ਸੀ ਉਹਨਾਂ ਦੀ ਡੈੱਥ ਹੋ ਜਾਂਦੀ ਹੈ ਅਤੇ ਜਿਹੜੇ ਉਹਨਾਂ ਦੇ ਵਾਰਸ ਆ ਉਹ ਬਾਹਰ ਰਹਿੰਦੇ ਆ, ਅਤੇ ਉਹਦੇ ਕਰਕੇ ਉਹ ਖੰਡਰਨੁਮਾ ਬਣ ਚੁੱਕੀ ਸੀਗੀ। ਅਤੇ ਉਹਦੇ ਵਿੱਚੋਂ ਜਿਹੜਾ ਕੀਮਤੀ ਸਮਾਨ ਸੀਗਾ ਉਹ ਚੋਰੀ ਹੋ ਚੁੱਕਿਆ ਸੀ। ਅਤੇ ਉਸ ਤੋਂ ਬਾਅਦ ਜਿਹੜੀ ਮੀਡੀਆ 'ਚ ਗੱਲ ਪਹੁੰਚੀ ਤਾਂ ਮੀਡੀਆ ਨੇ ਉਸ ਕੋਠੀ ਦੀਆਂ ਵੀਡੀਓ ਬਣਾ ਬਣਾ ਕੇ ਪਾਉਣੀਆਂ ਸ਼ੁਰੂ ਕਰਤੀਆਂ। ਅਤੇ ਅਖੀਰ ਦੇ ਵਿੱਚ ਜਿਹੜੇ ਕੋਠੀ ਦੇ ਵਾਰਸ ਸੀਗੇ ਉਹਨਾਂ ਤੱਕ ਗੱਲ ਪਹੁੰਚੀ ਅਤੇ ਉਹਨਾਂ ਨੇ ਵਾਪਸ ਪੰਜਾਬ ਆ ਕੇ ਉਹ ਕੋਠੀ ਨੂੰ ਰੈਨੋਵੇਟ ਕਰਨਾ ਸ਼ੁਰੂ ਕਰਤਾ। ਥੋੜ੍ਹੇ ਦਿਨ ਪਹਿਲਾਂ ਹੀ ਆ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਆ ਕਿ ਉੱਥੋਂ ਜਿਹੜੇ ਵਾਰਸ ਆ ਉਸ ਕੋਠੀ ਦੇ, ਰਾਏਕੋਟ ਵਾਲੀ ਕੋਠੀ ਦੇ, ਉਹ ਵਾਰਸ ਵਾਪਸ ਆ ਚੁੱਕੇ ਆ ਅਤੇ ਉਹਨਾਂ ਨੇ ਉਸ ਕੋਠੀ ਨੂੰ ਰੈਨੋਵੇਟ ਕਰਨਾ ਸ਼ੁਰੂ ਕਰਤਾ। ਬਹੁਤ ਚੰਗੀ ਗੱਲ ਆ, ਖੁਸ਼ੀ ਦੀ ਗੱਲ ਆ, ਹੈ ਨਾ, ਵੀ ਉਹ ਕੋਠੀ ਵਿਰਾਨ ਹੋਈ ਪਈ ਸੀਗੀ, ਤਰਸ ਰਹੀ ਸੀਗੀ ਵੀ ਆਲੀਸ਼ਾਨ ਕੋਠੀ ਦੇ ਵਿੱਚ ਕੋਈ ਆ ਕੇ ਰਹੇ, ਅਤੇ ਆਵਾਜ਼ਾਂ ਮਾਰ ਰਹੀ ਸੀਗੀ। ਅਤੇ ਇਹੀ ਹਾਲ ਦੁਆਬੇ ਏਰੀਏ ਦਾ, ਜੇ ਆਪਾਂ ਦੁਆਬੇ ਏਰੀਏ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਘਰ ਐਸੇ ਆ ਵੀ ਜਿਨ੍ਹਾਂ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਕਬੂਤਰ ਬੋਲਦੇ ਆ, ਕੋਈ ਇਨਸਾਨ ਨਹੀਂ ਰਹਿੰਦਾ। ਜੇ ਕੋਈ ਇਨਸਾਨ ਰਹਿੰਦਾ ਤਾਂ ਉਹ ਜਿਹੜੇ ਕਿ ਬਜ਼ੁਰਗ ਰਹਿ ਰਹੇ ਆ, ਜਿਹੜੇ ਦੇਖਭਾਲ ਕਰ ਰਹੇ ਆ। ਅਤੇ ਕਈਆਂ ਨੇ ਜਿਹੜੇ NRIs ਆ ਉਹਨਾਂ ਨੇ ਆਪਦੀਆਂ ਕੋਠੀਆਂ ਕਿਰਾਏ 'ਤੇ ਦਿੱਤੀਆਂ ਇਸੇ ਮਕਸਦ ਨਾਲ ਹੀ ਕਿ ਉਹਨਾਂ ਦੀ ਕੋਈ ਸਾਂਭ ਸੰਭਾਲ ਕਰੇ। ਅਤੇ ਜ਼ਿਆਦਾ ਜਿਹੜੇ ਹੈਗੇ ਆ ਘਰ ਆ NRIs ਫੈਮਿਲੀਜ਼ ਦੇ ਉਹ ਖੰਡਰ ਬਣ ਚੁੱਕੇ ਆ, ਕਿਉਂਕਿ ਬਹੁਤ ਸਾਰੀ ਜਿਹੜੀ ਦੁਆਬਾ ਬੈਲਟ ਆ ਉਹ ਕੈਨੇਡਾ, ਅਮੈਰੀਕਾ, ਯੂਰਪ ਦੇ ਵਿੱਚ ਵੱਸ ਚੁੱਕੀ ਆ ਅਤੇ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਆ। ਅਤੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਦੇਖੀਏ ਤਾਂ ਰੋਣ ਆਉਂਦਾ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਵੀ ਐਡੇ ਐਡੇ ਮਹਿਲ ਆ ਜਿਹੜੇ ਬੰਗਲੋ ਟਾਈਪ ਘਰ ਆ ਉਹਨਾਂ ਨੂੰ ਜਿੰਦੇ ਲੱਗੇ ਪਏ ਆ, ਹੈ ਨਾ, ਸੁੰਨਸਾਨ ਪਏ ਆ, ਖੰਡਰ ਬਣ ਚੁੱਕੇ ਆ, ਦਰਖਤ ਉੱਗ ਚੁੱਕੇ ਆ, ਵੇਲਾਂ ਚੜ੍ਹੀਆਂ ਪਈਆਂ ਘਰਾਂ 'ਤੇ। ਤਾਂ ਇਸੇ ਹੀ ਰਿਲੇਟਡ ਮੈਂ ਨਾ ਵੀ ਇੱਕ ਵੀਡੀਓ ਕੀਤੀ ਸੀਗੀ ਅਤੇ ਸ਼ਾਇਦ ਉਹ ਵੀਡੀਓ ਤੁਹਾਡੇ ਲੋਕਾਂ ਤੱਕ, ਸਾਰਿਆਂ ਤੱਕ ਨਹੀਂ ਪਹੁੰਚੀ ਵੀ ਹੁਣ ਦੁਆਬੇ ਵਾਲਿਆਂ ਨੇ ਵੀ ਪਹਿਲ ਕਰਤੀ। ਦੁਆਬੇ ਵਾਲੇ ਵੀ ਸੋਚਣ ਲੱਗ ਗਏ ਵੀ ਜਿਹੜੇ ਸਾਡੇ ਘਰ ਆ ਇੰਨੇ ਇੰਨੇ ਪੈਸੇ ਲਾਏ ਆ, ਸਾਡੀ ਜ਼ਮੀਨਾਂ, ਸਾਡੇ ਜਿਹੜੇ ਹੈਗੇ ਆ ਲੋਕ ਆ, ਸਾਡਾ ਵਿਰਸਾ, ਉਹ ਸਾਨੂੰ ਆਵਾਜ਼ਾਂ ਮਾਰ ਰਿਹਾ ਕਿ ਤੁਸੀਂ ਹੁਣ ਇੱਥੇ ਆ ਕੇ ਆਪਦਾ ਜ਼ਮੀਨ ਜਾਇਦਾਦ ਘਰ ਸਾਂਭੋ। ਅਤੇ ਇੱਕ ਦੁਆਬੇ ਏਰੀਏ ਦੇ ਮੁੰਡੇ ਨੇ ਪਹਿਲ ਕੀਤੀ ਆ, 15 ਸਾਲਾਂ ਬਾਅਦ ਜਿਹੜਾ ਉਹਨੇ ਪੰਜਾਬ ਵਾਪਸੀ ਦਾ ਜਿਹੜਾ ਹੈਗਾ ਪਲਾਨ ਐਗਜੀਕਿਊਟ ਕਰ ਲਿਆ ਵਿਦ ਫੈਮਿਲੀ। ਉਹ 15 ਸਾਲਾਂ ਬਾਅਦ UK ਤੋਂ ਵਾਪਸ ਆ ਰਿਹਾ। ਜਿਹੜੀ ਇਹ ਬਾਈ ਨੇ ਗੱਲਾਂ ਕੀਤੀਆਂ, ਇਹ ਜਿਹੜੀ ਤੁਸੀਂ ਵੀਡੀਓ ਇਹ ਜ਼ਰੂਰ ਦੇਖਿਓ, ਜੇ ਮੈਂ ਪਾ ਰਿਹਾ ਮੇਰੇ ਇਸ ਕਲਿੱਪ ਤੋਂ ਬਾਅਦ ਇੱਕ ਵੀਡੀਓ ਚੱਲੂਗੀ, ਉਹ ਜ਼ਰੂਰ ਸੁਣਿਓ ਜੇ ਇਕੱਲੀ ਇਕੱਲੀ ਗੱਲ ਸੁਣਨ ਵਾਲੀ ਆ। ਦੁਆਬੇ ਏਰੀਏ ਨੇ ਪਹਿਲ ਕੀਤੀ ਬਾਹਰ ਜਾਣ, ਦੁਆਬੇ ਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਰੀਸ ਲਾਈ ਜਿਹੜੀ ਬਾਹਰ ਜਾਣ ਦੀ, ਹੈ ਨਾ, ਵੀ ਦੁਆਬੇ ਵਾਲਿਆਂ ਦੀ ਕਾਢ ਸੀਗੀ ਬਾਹਰ ਜਾਣਾ, ਕਿਉਂਕਿ ਜ਼ਮੀਨਾਂ ਥੋੜ੍ਹੀਆਂ ਸੀ, ਰੁਜ਼ਗਾਰ ਦੀ ਖਾਤਰ ਲੋਕ ਬਾਹਰ ਗਏ, ਹੌਲੀ ਹੌਲੀ ਫਿਰ ਪਰਿਵਾਰਾਂ ਦੇ ਪਰਿਵਾਰ ਮਾਈਗ੍ਰੇਟ ਹੋ ਗਏ ਅਤੇ ਦੁਆਬਾ ਆਲਮੋਸਟ ਖਾਲੀ ਹੋ ਗਿਆ। ਪਰ ਹੁਣ ਦੁਆਬੇ ਵਾਲੇ ਵੀ ਇਹ ਸੋਚਣ ਲੱਗ ਗਏ ਵੀ ਅਸੀਂ ਜੇ ਪੀੜ੍ਹੀਆਂ ਬਚਾਉਣੀਆਂ, ਆਪਦੇ ਘਰ ਬਚਾਉਣੇ, ਆਪਦੀਆਂ ਨਸਲਾਂ ਬਚਾਉਣੀਆਂ, ਜ਼ਮੀਨ ਜਾਇਦਾਦਾਂ ਦਾ ਬਣਾਉਣੀਆਂ ਬਚਾਉਣੀਆਂ ਤਾਂ ਸਾਨੂੰ ਵਾਪਸ ਮੁੜਨਾ ਪੈਣਾ। ਅਤੇ ਇਹ ਬਾਈ ਨੇ ਪਹਿਲ ਕੀਤੀ ਹੈ, ਇਕੱਲੀ ਇਕੱਲੀ ਗੱਲ ਸੁਣਿਓ, ਜੇ ਮੇਰੇ ਕਲਿੱਪ ਤੋਂ ਬਾਅਦ ਵੀਡੀਓ ਜਿਹੜੀ ਸ਼ੁਰੂ ਹੋ ਜੂਗੀ, ਇਕੱਲੀ ਇਕੱਲੀ ਗੱਲ ਸੁਣਨ ਵਾਲੀ ਆ ਬਾਈ ਦੀ ਵੀ ਬਾਈ ਕਿਉਂ ਫਿਕਰਮੰਦ ਆ, ਕਿਉਂ ਉਹਨੇ ਵਾਪਸ ਫੈਸਲਾ ਲਿਆ ਕਿ ਮੈਂ ਵਾਪਸ ਮੁੜ ਜਾਣਾ। ਸੁਣਿਓ ਜ਼ਰੂਰ ਅਤੇ ਕੋਸ਼ਿਸ਼ ਕਰਿਓ ਜੇ ਸ਼ੇਅਰ ਕਰ ਦਿਓ, ਜੇ ਮੈਕਸੀਮਮ ਲੋਕਾਂ ਤੱਕ ਪਹੁੰਚਾਇਓ ਜੇ, ਅਤੇ ਬਹੁਤ ਧੰਨਵਾਦ। ਇੱਕ ਬੇਨਤੀ ਮੇਰੀ ਹੋਰ ਆ, ਜੇ ਕੋਈ ਤੁਹਾਡੇ ਕੋਲ ਇੱਦਾਂ ਦੀ ਕੋਈ ਸਟੋਰੀ ਹੈਗੀ ਆ
ਤਾਂ ਮੇਰੇ ਨਾਲ ਜ਼ਰੂਰ ਸਾਂਝੀ ਕਰਿਓ। ਜੇ ਮੇਰੇ ਈਮੇਲ 'ਤੇ ਆਪਣਾ ਕੰਟੈਕਟ ਨੰਬਰ ਜਿਹੜਾ ਸ਼ੇਅਰ ਕਰ ਸਕਦੇ ਹਾਂ ਤੁਸੀਂ, ਈਮੇਲ ਹੈਗੀ ਹੈ chauhangurpreet@yahoo.co.in, ਅਤੇ ਮੈਂ ਆਪੇ ਤੁਹਾਡੇ ਨਾਲ ਰਾਬਤਾ ਕਰ ਲੂੰਗਾ। ਹੁਣ ਵੀਡੀਓ ਸੁਣੋ, ਵੀਡੀਓ ਸੁਣ ਕੇ ਇਕੱਲਾ ਇਕੱਲੀ ਗੱਲਬਾਈ ਦੀ ਜ਼ਰੂਰ ਸੁਣਿਓ ਅਤੇ ਅੱਗੇ ਸ਼ੇਅਰ ਕਰ ਦਿਓ ਜੀ। ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਪਿਛਲੇ ਇੱਕ ਸਾਲ ਡੇਢ ਸਾਲ ਤੋਂ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਬਲਬਲੇ ਉੱਠਣ ਲੱਗ ਪਏ, ਜਿਹੜੇ ਇਹਦਾ ਬੱਚੇ ਵੱਡੇ ਆਪਣੇ ਆਲੇ ਦੁਆਲੇ 'ਚ ਲੋਕ ਆਪਣੇ ਰਿਸ਼ਤੇਦਾਰ ਇੱਦਾਂ ਦੇ ਹੈਗੇ ਆ ਜਿਹੜੇ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਵਾਪਸ ਵਿਕ ਗਈਆਂ ਜਾਂ ਕੋਠੀਆਂ ਵਿਕ ਰਹੀਆਂ ਜਾਂ ਕੋਠੀਆਂ 'ਤੇ ਕਹਿ ਲਈਏ ਵੀ ਪ੍ਰਵਾਸੀਆਂ ਦੇ ਜਾਂ ਹੋਰ ਲੋਕਾਂ ਨੇ ਕਬਜ਼ੇ ਕਰ ਦਿਲ 'ਚ ਪੰਜਾਬ ਧੜਕਰਾ, ਸਾਡੇ ਦਿਲ 'ਚ ਸਾਡੇ ਪਿੰਡ ਸਾਡੇ ਘਰਾਂ 'ਤੇ ਕਬਜ਼ੇ, ਸਾਡੀ ਜ਼ਮੀਨਾਂ 'ਤੇ ਕਬਜ਼ੇ ਨਹੀਂ ਹੋ ਰਹੇ, ਸਾਡੇ ਧਰਮ 'ਤੇ ਵੀ ਸਾਡੇ ਸੱਭਿਆਚਾਰ 'ਤੇ ਵੀ ਕਬਜ਼ੇ ਹੋ ਰਹੇ। ਆਪਾਂ ਇਕੱਲਾ ਪੰਜਾਬੀ ਸੱਭਿਆਚਾਰ ਤੋਂ ਨਹੀਂ, ਆਪਾਂ ਆਪਣੇ ਧਰਮ ਤੋਂ ਵੀ, ਅਸੀਂ ਪੰਜਾਬ 'ਚ ਨਿਕਲ ਗਏ ਪਰ ਪੰਜਾਬ ਸਾਡੇ 'ਚੋਂ ਨਹੀਂ ਨਿਕਲ ਸਕਦਾ, ਕਿੱਡਾ ਅਮੀਰ ਸੱਭਿਆਚਾਰ ਸਾਡਾ, ਵੀ ਉਹ ਸਾਰਾ ਕੁਛ ਅਸੀਂ ਇੱਦਾਂ ਹੀ ਸਿਰਫ ਪੈਸਿਆਂ ਦੀ ਚਮਕ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਨਸ਼ੇ ਦੇ ਕਰਕੇ, ਇਸ ਤੋਂ ਕਈ ਗੁਣਾ ਜ਼ਿਆਦਾ ਬਾਹਰਲੇ ਮੁਲਕਾਂ 'ਚ ਨਸ਼ਾ ਆ। ਹਾਂਜੀ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਗੈਬੀ ਚੌਹਾਨ ਵਲੌਗਸ ਅਤੇ ਮੈਂ ਗੁਰਪ੍ਰੀਤ ਸਿੰਘ ਚੌਹਾਨ। ਮੈਂ ਅੱਜ ਉਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾਊਂਗਾ ਜਿਹੜਾ ਸ਼ਖਸ ਉਸ ਮੁਲਕ ਵਿੱਚ ਰਹਿੰਦਾ ਹੈ, ਜਿਹੜੇ ਮੁਲਕ ਨੇ ਸਾਰੀ ਦੁਨੀਆ 'ਤੇ ਰਾਜ ਕੀਤਾ ਅਤੇ ਸੁਹੱਪਣ 'ਚ ਵੀ ਬਹੁਤ ਕਹਿ ਲਓ ਵੀ ਅਵਲ ਮੁਲਕਾਂ ਦੇ ਵਿੱਚ ਆਉਂਦਾ। ਪਰ ਉਸ ਸ਼ਖਸ ਨਾਲ ਇਸ ਗੱਲਬਾਤ 'ਤੇ ਆਪਾਂ ਅੱਗੇ ਗੱਲ ਵਧਾਵਾਂਗੇ ਕਿ ਉਸ ਸ਼ਖਸ ਨੇ ਵੀ ਪੰਜਾਬ ਨੂੰ ਚੁਣਿਆ ਜਾਂ ਪੰਜਾਬ ਵਾਪਸ ਆਉਣ ਦਾ ਪਲੈਨ ਬਾਈ ਨੇ ਬਣਾਇਆ, ਅਤੇ ਬਾਈ ਨਾਲ ਅੱਜ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ। ਸਭ ਨੂੰ ਪਹਿਲਾਂ ਬਾਈ ਮੈਂ ਉੱਪਰ ਸਾਹਿਬ ਦਾ ਸਵਾਗਤ ਕਰਦਾ। ਬਾਈ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਪੂਰਾ ਆਪਦਾ ਨਾਂ ਦੱਸਿਓ ਜੀ। ਮੇਰਾ ਨਾਮ ਮਨਪ੍ਰੀਤ ਸਿੰਘ ਉੱਪਲ ਅਤੇ ਪਿੰਡ ਮੇਰਾ ਜੋੜੇ ਉੱਪਲਾਂ, ਠੀਕ ਹੈ, ਨੂਰਮਹਿਲ ਜਲੰਧਰ। ਓਕੇ, ਅਤੇ ਉੱਥੇ ਤੁਸੀਂ ਫਿਰ UK ਕਿਹੜੇ ਸ਼ਹਿਰ 'ਚ ਰਹਿੰਦੇ ਹੋ? ਅਸੀਂ ਉੱਥੇ ਬਰਮਿੰਘਮ ਸ਼ਹਿਰ 'ਚ ਰਹਿੰਦੇ ਬਾਈ। ਓਕੇ, ਅਸੀਂ 2009 ਦੇ ਵਿੱਚ ਪਰਿਵਾਰ ਸਮੇਤ ਗਏ ਸੀ ਅਤੇ ਆਪਣਾ ਤਕਰੀਬਨ 15 ਸਾਲ ਚੱਲਦਾ ਉੱਥੇ ਰਹਿੰਦੇ ਨੂੰ। ਮੈਂ ਸੁਣਿਆ ਵੀ ਤੁਸੀਂ ਪਲਾਨ ਕਰ ਰਹੇ ਹੋ, ਹਾਂਜੀ, ਪੰਜਾਬ ਵਾਪਸੀ ਦਾ ਪੱਕੇ ਪੈਰੇ? ਬਿਲਕੁਲ। ਕਦੋਂ ਤੋਂ ਤੁਹਾਡਾ ਪਲਾਨ ਆ ਵਾਪਸੀ ਦਾ ਫਿਰ? ਬਾਈ ਜੀ, ਕਾਫੀ ਸਮੇਂ ਤੋਂ ਜਦੋਂ ਜਦ ਚੱਲ ਰਹੀ ਸੀ, ਪਰ ਹੁਣ ਪਿਛਲੇ ਇੱਕ ਸਾਲ ਡੇਢ ਸਾਲ ਤੋਂ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਬਲਬਲੇ ਉੱਠਣ ਲੱਗ ਪਏ, ਜਿਹਦੇ ਜਿੱਦਾਂ ਬੱਚੇ ਵੱਡੇ ਹੁੰਦੇ ਹੈ ਅਤੇ ਉਸ ਹਿਸਾਬ ਨਾਲ ਬੱਚਿਆਂ ਦਾ ਫਿਕਰ ਕਹਿ ਲਓ ਵੀ ਹੁਣ ਤੋਂ ਸਤਾਉਣ ਲੱਗ ਪਿਆ ਕਿ ਜੋ ਮਾਹੌਲ ਉੱਤਰ ਦੇਖ ਰਹੇ ਹਾਂ ਜਾਂ ਸਾਡੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਵੀ ਗਈਆਂ ਸੀ ਜਾਂ ਉਹਨਾਂ ਦਾ ਵੀ ਸਿਸਟਮ ਦੇਖਿਆ ਵੀ ਕਾਫੀ ਇੱਦਾਂ ਦੇ ਆਪਣੇ ਆਲੇ ਦੁਆਲੇ 'ਚ ਲੋਕ ਆਪਣੇ ਰਿਸ਼ਤੇਦਾਰ ਇੱਦਾਂ ਦੇ ਹੈਗੇ ਆ ਜਿਹੜੇ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਵਾਪਸ ਹੀ ਨਹੀਂ ਆਈਆਂ ਅਤੇ ਇੱਥੇ ਪਿੱਛੇ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਮਿਟ ਗਿਆ, ਕਿ ਜਿਹੜੀਆਂ ਚੀਜ਼ਾਂ ਮੈਨੂੰ ਅੰਦਰੋਂ ਅੰਦਰ ਹੀ ਬਹੁਤ ਸਤਾਉਂਦੀਆਂ ਸੀ। ਇਸ ਚੀਜ਼ ਦਾ ਤੁਹਾਨੂੰ ਫਿਕਰ ਸੀਗਾ ਹੈ ਨਾ ਵੀ ਮਾਇੰਡ 'ਚ ਵੀ ਲੋਕ ਜਾ ਕੇ ਵਾਪਸ ਨਹੀਂ ਮੁੜ ਰਹੇ, ਸ਼ਾਇਦ ਮੇਰੇ ਨਾਲ ਵੀ ਕੋਈ ਇੱਦਾਂ ਦਾ ਹੋਵੇ ਜਵਾਨ ਮੇਰੇ ਜਵਾਕ? ਬਿਲਕੁਲ ਬਿਲਕੁਲ ਬਾਈ, ਸਾਡੇ ਜਿਸ ਇਲਾਕੇ ਤੋਂ ਮੈਂ ਬਿਲੋਂਗ ਕਰਦਾ ਬਾਈ ਜੀ, ਉਸ ਇਲਾਕੇ ਦੇ ਵਿੱਚ ਕੋਠੀਆਂ ਵਿਲੀਆਂ ਪਈਆਂ ਬਈ, ਬਜ਼ੁਰਗਾਂ ਨੇ ਬਹੁਤ ਰੀਝ ਨਾਲ ਬਣਾਈਆਂ ਸੀ, ਜਿਹੜੀ ਸਾਡੀ ਪਹਿਲੀ ਪੀੜ੍ਹੀ ਇੱਧਰੋਂ ਗਈ ਉਹਨਾਂ ਨੇ ਮਿਹਨਤਾਂ ਕੀਤੀਆਂ, ਕਮਾਈਆਂ ਕੀਤੀਆਂ, ਕੋਠੀਆਂ ਬਣਾਈਆਂ, ਜ਼ਮੀਨਾਂ ਲਈਆਂ, ਸਾਰਾ ਕੁਛ ਕੀਤਾ ਅਤੇ ਪਰ ਜਿਹੜੀ ਦੂਜੀ ਤੀਜੀ ਪੀੜ੍ਹੀ ਜਿਹੜੀ ਉੱਥੇ ਹੋ ਗਈ ਆ, ਉਹਨਾਂ ਨੇ ਇਹ ਸਾਰਾ ਕੁਛ ਵੇਚਣਾ ਸ਼ੁਰੂ ਕਰ ਦਿੱਤਾ, ਜ਼ਮੀਨਾਂ ਵਿਕ ਗਈਆਂ, ਕੋਠੀਆਂ ਵਿਕ ਰਹੀਆਂ ਜਾਂ ਕੋਠੀਆਂ 'ਤੇ ਕਹਿ ਲਈਏ ਵੀ ਪ੍ਰਵਾਸੀਆਂ ਦੇ ਜਾਂ ਹੋਰ ਲੋਕਾਂ ਨੇ ਕਬਜ਼ੇ ਕਰ ਲਏ ਅਤੇ ਉਹ ਕਦੇ ਵਾਪਸ ਨਹੀਂ ਆਏ, ਅਤੇ ਜਿਹੜਾ ਕਿ ਅੰਦਰੋਂ ਅੰਦਰ ਇਹ ਚੀਜ਼ਾਂ ਖਾਂਦੀਆਂ ਵੀ ਜੇ ਅਸੀਂ ਵੀ ਪੱਕੇ ਉੱਤਰ ਵਸਨੀਕ ਬਣ ਗਏ ਅਤੇ ਇੱਥੋਂ ਸਾਡੀ ਜੜ ਪੱਟੀ ਜਾਓ, ਜੜ ਪੱਟੀ ਜਾਓ, ਨਸਲ ਕੁਛ ਹੀ ਆਪਾਂ ਕਹਿ, ਹਾਂ ਬਿਲਕੁਲ ਬਿਲਕੁਲ ਬਾਈ, ਸਾਡਾ ਇਸ ਧਰਤੀ ਨਾਲ ਜਿਹੜਾ ਸਾਡਾ ਮੋਹ ਆ, ਹੁਣ ਅਸੀਂ ਇਸ ਧਰਤੀ 'ਤੇ ਜੰਮੇ ਹਾਂ, ਇਸ ਧਰਤੀ 'ਤੇ ਪਲੇ ਹਾਂ, ਵੀ ਸਾਡੇ ਦਿਲ 'ਚ ਪੰਜਾਬ ਧੜਕਰਾ, ਸਾਡੇ ਦਿਲ 'ਚ ਸਾਡੇ ਪਿੰਡ ਧੜਕਰੇ ਆ, ਅਤੇ ਬਾਈ ਜੀ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਨੂੰ ਇਹ ਚੀਜ਼ਾਂ ਦਾ ਸਾਡਾ
ਨਹੀਂ ਅੰਦਾਜ਼ਾ ਹੋ ਸਕਦਾ ਜਿਹੜੀ ਉੱਧਰ ਜੰਮ ਪਲ ਗਈ ਹੈ। ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਕਹਿੰਦੇ ਸੀ ਨਾ, ਗੱਲ ਕਰ ਰਹੇ ਸੀ ਵੀ ਸਾਡੇ ਪਿੰਡਾਂ ਦੇ ਵਿੱਚ ਪ੍ਰਵਾਸੀ ਮਾਈਗ੍ਰੇਟ ਹੋ ਰਹੇ ਆ, ਜਾਂ ਇੱਕ ਤੁਸੀਂ ਮੈਨੂੰ ਬਹੁਤ ਵੱਡੀ ਗੱਲ ਕੀਤੀ ਜਿਹੜੀ ਮੈਨੂੰ ਵੀ ਅੰਦਰੋਂ ਅੰਦਰੀ ਇਹ ਵੀ ਹੈ, ਇੱਦਾਂ ਵੀ ਹੋ ਸਕਦਾ ਵੀ ਜਿਹੜੇ ਤੁਹਾਡੇ ਪ੍ਰਭਾਵਿਤ ਫੇਰੀ 'ਚ ਸ਼ਬਦ ਵੀ ਪ੍ਰਵਾਸੀ ਪੜ੍ਹਦੇ ਆ। ਬਈ ਜੀ, ਬਹੁਤ ਮੈਂ ਵੀ ਇਹ ਚੀਜ਼ ਇਸ ਵਾਰ ਹੁਣ ਮੈਂ ਆਇਆ, ਮੈਂ ਪ੍ਰਭਾਤ ਫੇਰੀ ਦੇ ਵਿੱਚ ਗਿਆ ਅਤੇ ਮੈਂ ਦੇਖਿਆ ਵੀ ਪ੍ਰਵਾਸੀਆਂ ਦਾ ਬੱਚਾ ਉੱਥੇ ਪੰਜਾਬੀ ਦੇ ਵਿੱਚ ਸ਼ਬਦ ਪੜ੍ਹ ਰਿਹਾ। ਅੱਛਾ, ਅਤੇ ਜਿਹੜੀ ਚੀਜ਼ ਨੇ ਮੈਨੂੰ ਬਹੁਤ ਹਿਲਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਫਿਰ ਰਹਿ ਕੀ ਜਾਊਗਾ, ਜੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਵੀ ਸਾਡੇ ਜਿਹੜੇ ਪਿੰਡਾਂ ਦੇ ਪ੍ਰੋਗਰਾਮ ਸੀ ਸਾਡੇ ਨਗਰ ਕੀਰਤਨ ਗੁਰਦੁਆਰਿਆਂ ਦੇ, ਜੋ ਸਾਡਾ ਸੱਭਿਆਚਾਰ ਸਾਡਾ ਧਰਮ ਜਾਂ ਸਾਡਾ ਸਾਰਾ ਕੁਛ ਅਸੀਂ ਖੋਈ ਜਾਂਦੇ ਹਾਂ, ਇਕੱਲੇ ਸਾਡੇ ਘਰਾਂ 'ਤੇ ਕਬਜ਼ੇ ਸਾਡੀ ਜ਼ਮੀਨਾਂ 'ਤੇ ਕਬਜ਼ੇ ਨਹੀਂ ਹੋ ਰਹੇ, ਸਾਡੇ ਧਰਮ 'ਤੇ ਵੀ ਸਾਡੇ ਸੱਭਿਆਚਾਰ 'ਤੇ ਵੀ ਕਬਜ਼ੇ ਹੋ ਰਹੇ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਉੱਥੇ ਤੁਹਾਡੇ ਪਿੰਡਾਂ ਵੱਲ ਜਿਵੇਂ ਹੁਣ ਦੁਆਬਾ ਸਭ ਨੂੰ ਪਹਿਲਾਂ ਮਾਈਗ੍ਰੇਟ ਹੋਇਆ ਫੋਰਨ ਕੰਟਰੀ, ਹੁਣ ਦਾ ਉੱਥੇ ਸਿਸਟਮ ਕੀ ਆ ਵੀ ਘਰਾਂ ਦੇ ਵਿੱਚ ਤੁਹਾਨੂੰ ਬਜ਼ੁਰਗ ਮਿਲਦੇ ਆ, ਨੌਜਵਾਨ ਦਿਸਦੇ ਆ, ਜਾਂ ਘਰ ਵਿਹਲੇ ਪਏ ਆ, ਜਿੰਦੇ ਲੱਗੇ ਆ, ਕੀ ਮਾਹੌਲ ਕੀ ਆ ਉੱਥੇ? ਬਾਈ ਜੀ, ਬਹੁਤੇ ਘਰਾਂ 'ਤੇ ਜਿੰਦੇ ਲੱਗੇ ਆ ਦੁਆਬੇ ਦੇ ਵਿੱਚ, ਹੈ ਨਾ, ਆਪਾਂ ਕਹਿ ਲਈਏ ਦੁਆਬਾ ਬੈਲਟ ਜਿਹੜੀ, ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਆਪਣਾ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਵੀ ਬਹੁਤੇ ਲੋਕ ਬਾਹਰ ਆ, ਬਹੁਤੀਆਂ ਕੋਠੀਆਂ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਪਈਆਂ, ਪਰ ਘਰਾਂ ਨੂੰ ਜਿੰਦੇ ਲੱਗੇ ਆ, ਜਾਂ ਤਾਂ ਪਿੱਛੇ ਬਜ਼ੁਰਗ ਆ ਅਤੇ ਬੱਚੇ ਨੌਜਵਾਨ ਤਾਂ ਦੇਖਣ ਨੂੰ ਬਹੁਤ ਘੱਟ ਮਿਲਦੇ ਆ। ਹਾਂ, ਤੁਹਾਨੂੰ ਪ੍ਰਵਾਸੀਆਂ ਦੇ ਬੱਚੇ ਜ਼ਰੂਰ ਪਿੰਡਾਂ 'ਚ ਦਿਖਣਗੇ, ਓਕੇ, ਪਰ ਆਪਣੇ ਬੱਚੇ ਪੰਜਾਬੀ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਅਤੇ ਆਪਾਂ ਇਕੱਲਾ ਪੰਜਾਬੀ ਸੱਭਿਆਚਾਰ ਤੋਂ ਨਹੀਂ, ਆਪਾਂ ਆਪਣੇ ਧਰਮ ਤੋਂ ਵੀ ਯਾਨੀ ਕਿ ਵਾਂਝੇ ਹੋਈ ਜਾਂਦੇ ਹਾਂ। ਬਿਲਕੁਲ 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 ਬਿਲਕੁਲ। ਤੁਸੀਂ ਉੱਥੇ ਫਿਰ ਕੀ ਕੰਮ ਕਰਦੇ ਸੀ? ਮੈਂ ਬਾਈ ਜੀ ਕਾਫੀ ਕੰਮ ਕੀਤੇ, ਜਦੋਂ ਮੈਂ ਇੱਥੋਂ ਗਿਆ ਉਦੋਂ ਉਮਰ ਥੋੜ੍ਹੀ ਸੀ, 16 ਸਾਲ ਦੀ ਉਮਰ ਸੀ, ਅਤੇ ਉਦੋਂ ਜਿੱਦਾਂ ਦਾ ਵੀ ਕੰਮ ਮਿਲਿਆ ਬਾਈ ਉਹੀ ਕੀਤਾ, ਆਪਾਂ ਮੀਟ ਫੈਕਟਰੀਆਂ ਦੇ ਵਿੱਚ ਕੰਮ ਕੀਤਾ, ਫਰੂਟ ਪੈਕਿੰਗ ਦਾ ਕੰਮ ਕੀਤਾ, ਟੈਕਸੀ ਚਲਾਈ, ਹੁਣ ਆਪਣਾ ਕੋਰੀਅਰ ਦਾ ਵੀ ਕੰਮ ਹੈਗਾ। ਠੀਕ ਹੈ, ਹਾਂਜੀ। ਸੈਟਲ ਹੋਣ ਨੂੰ ਤਾਂ ਤੁਸੀਂ ਉੱਥੇ ਸੈਟਲ ਹੈਗੇ ਹੀ ਆ, ਬਿਲਕੁਲ ਸਾਰਾ ਕੁਛ ਹੈਗਾ ਹੀ ਆ ਤੁਹਾਡੇ ਕੋਲ, ਫਿਰ ਕਿਹੜੀ ਉਹ ਜਿਹੀ ਚੀਜ਼ ਸੀਗੀ ਜਿਹੜੀ ਤੁਹਾਡੇ ਦਿਮਾਗ 'ਚ ਚੱਲਦੀ ਰਹਿੰਦੀ ਸੀ ਵੀ ਨਹੀਂ ਆਪਾਂ ਨੂੰ ਵਾਪਸ ਮੁੜਨਾ ਚਾਹੀਦਾ? ਬਾਈ ਜੀ, ਇੱਦਾਂ ਮੈਂ ਆਪਣੇ ਪੇਰੈਂਟਸ ਵੱਲ ਵੀ ਦੇਖਦਾ ਹਾਂ ਅਤੇ ਮੇਰਾ ਆਪਣਾ ਵੀ ਆ, ਮੇਰੀ ਵਾਈਫ ਵੀ ਆ, ਵੀ ਸਾਡੇ ਸਰੀਰ ਉੱਥੇ ਆ, ਦਿਲ ਦਿਮਾਗ ਸਾਡੇ ਇੱਥੇ ਹੀ ਆ, ਵੀ ਖਿਆਲ ਵੀ ਚਿੱਤੋਂ ਪਰ ਪੰਜਾਬ ਦਾ, ਆਪਣੇ ਪਿੰਡ ਦਾ, ਆਪਣੇ ਘਰ ਦਾ ਹੀ ਆਉਣਾ। ਹੁਣ ਜਿੱਥੇ ਤੁਸੀਂ ਜੰਮ ਪਲ ਗਏ, ਹੈ ਨਾ ਬਾਈ ਜੀ, ਉਹ ਚੀਜ਼ਾਂ ਅਸੀਂ ਪੰਜਾਬ 'ਚੋਂ ਨਿਕਲ ਗਏ ਪਰ ਪੰਜਾਬ ਸਾਡੇ 'ਚੋਂ ਨਹੀਂ ਨਿਕਲ ਸਕਦਾ। ਠੀਕ ਹੈ ਜੀ, ਅਤੇ ਉਹ ਚੀਜ਼ਾਂ ਸਾਨੂੰ ਹਮੇਸ਼ਾ ਖਿੱਚ ਪਾਉਂਦੀਆਂ ਵੀ, ਪਰ ਜਦ ਅਸੀਂ ਦੇਖਦੇ ਹਾਂ ਆਪਣੇ ਆਲ ਦੁਆਲ ਵੀ ਜਿਹੜੇ ਸਾਡੀ ਦੂਜੀ ਤੀਜੀ ਪੀੜ੍ਹੀ ਉੱਧਰ ਚੱਲ ਰਹੀਆਂ, ਵੀ ਉਹਨਾਂ ਦੇ ਵਿੱਚ ਇਹ ਚੀਜ਼ਾਂ ਖਿੱਚ ਹੈ ਨਹੀਂ ਵੀ ਉਹ ਪੰਜਾਬੀ ਬੋਲੀ ਤੋਂ, ਆਪਣੇ ਧਰਮ ਤੋਂ, ਸਾਰੀਆਂ ਚੀਜ਼ਾਂ ਨਾਲ ਦੂਰ ਹੁੰਦੇ ਜਾ ਰਹੇ ਆ। ਵੀ ਜੇ ਹੁਣ ਜਿੱਦਾਂ ਮੈਨੂੰ ਖਿੱਚਿਆ ਮੇਰੇ ਪੇਰੈਂਟਸ ਨੂੰ ਆ ਜਾਂ ਮੇਰੀ ਵਾਈਫ ਨੂੰ ਆ, ਹੈ ਨਾ, ਵੀ ਅਸੀਂ ਇੱਥੇ ਜੰਮੇ ਪਲੇ ਹਾਂ, ਜਿਹੜੀ ਖਿੱਚ ਸਾਨੂੰ ਉਹ ਸਾਡੇ ਬੱਚਿਆਂ 'ਚ ਨਹੀਂ ਹੋਣੀ, ਤੇ ਤਾਂ ਹੀ ਹੋਊਗੀ ਜੇ ਉਹ ਅਸੀਂ ਬੱਚਿਆਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ, ਇਸ ਧਰਤੀ 'ਤੇ ਰਹਿਣਗੇ, ਜਿਹੜੀ ਧਰਤੀ ਦੇ ਵਿੱਚ ਇਹ ਵੀ ਧਰਤੀ ਦਾ ਇਤਿਹਾਸ ਸਾਡਾ ਕਿੱਡਾ ਅਮੀਰ, ਬਿਲਕੁਲ ਇਤਿਹਾਸ ਸਾਡਾ ਕਿੱਡਾ ਅਮੀਰ, ਸੱਭਿਆਚਾਰ ਸਾਡਾ, ਬਿਲਕੁਲ, ਵੀ ਉਹ ਸਾਰਾ ਕੁਛ ਅਸੀਂ ਇੱਦਾਂ ਹੀ ਸਿਰਫ ਪੈਸਿਆਂ ਦੀ ਚਮਕ ਪਿੱਛੇ ਗਵਾਈ ਜਾਂਦੇ ਹਾਂ, ਹੈ ਨਾ। ਜਦੋਂ ਤੁਸੀਂ ਤੁਹਾਡੇ ਦਿਮਾਗ 'ਚ ਗੱਲਾਂ ਟਰੈਵਲ ਕਰਨ ਲੱਗ ਗਈਆਂ ਵੀ ਸਾਨੂੰ ਜਾਣਾ ਚਾਹੀਦਾ ਪੰਜਾਬ ਵਾਪਸ, ਹੁਣ ਸਾਰੀ ਫੈਮਿਲੀ ਨਾਲ ਤੁਸੀਂ ਵਾਪਸ ਆ ਰਹੇ ਹੋ? ਹਾਂਜੀ ਬਾਈ, ਪਰਿਵਾਰ ਅਤੇ ਫੈਮਿਲੀ ਮੈਂਬਰਾਂ ਦੀ ਸਹਿਮਤੀ ਸੀਗੀ? ਬਿਲਕੁਲ ਬਾਈ, ਥੋੜ੍ਹਾ ਜਿਹਾ ਵੀ ਇੱਦਾਂ ਹੁੰਦਾ ਵੀ ਪਰਿਵਾਰ ਨੂੰ ਫਿਕਰਮੰਦ ਹੁੰਦੇ ਆ, ਕਿਉਂਕਿ ਕੁਛ ਚੀਜ਼ਾਂ ਆਪਾਂ ਦੇਖੇ ਪੰਜਾਬ ਨੂੰ ਡੀਫੇਮ ਬਹੁਤ ਕੀਤਾ ਗਿਆ ਜੀ, ਜਾਂ ਨਸ਼ੇ ਦੇ ਮੁੱਦੇ 'ਤੇ, ਜਾਂ ਆਪਣੇ ਕ੍ਰਾਈਮ ਦੇ ਦੇਖ ਲਿਆ ਜਾਵੇ, ਨਾ, ਇਹ ਚੀਜ਼ਾਂ ਕਰਕੇ ਪੰਜਾਬ ਨੂੰ ਡਿਫੇਮ ਬਹੁਤ ਕੀਤਾ ਗਿਆ ਕਿ ਘਟਨਾ ਛੋਟੀ ਹੋਣੀ ਉਹਨੂੰ ਵੱਡੀ ਕਰਕੇ ਦੱਸਿਆ ਜਾਣਾ, ਅਤੇ ਉਹ ਕੁਛ ਚੀਜ਼ਾਂ ਕਰਕੇ
ਘਰਦਿਆਂ ਦੇ ਮਨ ਦੇ ਵਿੱਚ ਡਰ ਜ਼ਰੂਰ ਸੀ, ਪਰ ਜਦੋਂ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ ਅਤੇ ਜੇ ਆਪਾਂ ਦੇਖਦੇ ਨਸ਼ੇ ਦੀ ਗੱਲ ਕਰਦੇ ਹਾਂ, ਆਪਾਂ ਨਸ਼ਾ ਇੱਥੇ ਜਿੰਨਾ ਆਪਾਂ ਪੰਜਾਬ ਨੂੰ ਬਦਨਾਮ ਕੀਤਾ ਨਸ਼ੇ ਦੇ ਕਰਕੇ, ਇਹ ਤੋਂ ਕਈ ਗੁਣਾ ਜ਼ਿਆਦਾ ਬਾਹਰਲੇ ਮੁਲਕਾਂ 'ਚ ਨਸ਼ਾ ਆ, ਇਹ ਤੋਂ ਕਈ ਗੁਣਾ ਜ਼ਿਆਦਾ ਬਾਹਰਲੇ ਮੁਲਕਾਂ 'ਚ ਕ੍ਰਾਈਮ ਆ, ਠੀਕ ਹੈ ਜੀ। ਅਤੇ ਪਰ ਸਿਰਫ ਆਪਾਂ ਡਿਫੇਮ ਪੰਜਾਬ ਨੂੰ ਕਰੀ ਜਾਂਦੇ ਹਾਂ, ਬਦਨਾਮ ਪੰਜਾਬ ਨੂੰ ਕਰੀ ਜਾਂਦੇ ਹਾਂ, ਪੰਜਾਬ 'ਚ ਨਸ਼ਾ ਆ, ਪੰਜਾਬ 'ਚ ਆਹ ਆ, ਪੰਜਾਬ 'ਚ ਬੇਰੁਜ਼ਗਾਰੀ ਆ, ਸਾਡੇ 'ਤੇ ਹਰ ਇੱਕ ਚੀਜ਼ ਗੱਲ ਦੇ ਅਰਥ ਹੋਰ ਕਰ ਦਿੱਤੇ ਗਏ। ਸਾਡੇ ਬੇਰੁਜ਼ਗਾਰੀ ਦਾ ਬਹੁਤ ਕਿਹਾ ਜਾਂਦਾ ਪੰਜਾਬ 'ਚ ਬੇਰੁਜ਼ਗਾਰੀ ਆ, ਅਤੇ ਪਰ ਸਾਡੀ ਬੇਰੁਜ਼ਗਾਰੀ ਕਿਹਾ ਉਹਨੂੰ ਜਾਂਦਾ ਵੀ ਜੇ ਕਿਸੇ ਨੂੰ ਸਰਕਾਰੀ ਜੋਬ ਨਹੀਂ ਮਿਲੀ ਤਾਂ ਉਹਨੂੰ ਇਹ ਲੱਗਦਾ ਵੀ ਉਹ ਖਰੇ ਬੇਰੁਜ਼ਗਾਰ ਆ। ਅਤੇ ਹੁਣ ਜਦੋਂ ਬਾਹਰਲੇ ਮੁਲਕਾਂ 'ਚ ਜਾਂਦੇ ਹਾਂ ਵੀ ਉੱਥੇ ਸਾਰੇ ਸਰਕਾਰੀ ਨੌਕਰੀਆਂ ਥੋੜ੍ਹੀ ਕਰਦੇ ਬਾਈ, ਬਿਲਕੁਲ ਠੀਕ ਹੈ ਜੀ, ਉੱਥੇ ਵੀ ਜਿਹੜਾ ਕੰਮ ਮਿਲਦਾ ਜਿੱਦਾਂ ਦਾ ਮਿਲਦਾ ਕਰਦੇ ਹੈ ਨਾ। ਅਤੇ ਹੁਣ ਜੇ ਪੰਜਾਬ ਵਿੱਚ ਐਡੀ ਬੇਰੁਜ਼ਗਾਰੀ ਹੋਵੇ ਤਾਂ ਫਿਰ ਟ੍ਰੇਨਾਂ ਭਰ ਭਰ ਕੇ ਪ੍ਰਵਾਸੀ ਕਾਹਦੇ ਆਉਣ, ਕਿੰਨੇ ਪ੍ਰਵਾਸੀ ਆਪਾਂ ਦੇਖਦੇ ਹਾਂ ਵੀ ਉਹ ਸਾਰਿਆਂ ਨੇ ਆਪੋ ਆਪਣੇ ਕੰਮ ਕਾਰ ਸੈੱਟ ਕਰ ਲਏ, ਠੀਕ ਹੈ, ਉਹ ਆਪਣੇ ਬਿਜ਼ਨਸ ਕਰ ਰਹੇ ਆ ਅਤੇ ਸਾਡੇ ਬੰਦੇ ਆਪਣੇ ਆਪ ਨੂੰ ਹਜੇ ਵੀ ਬੇਰੁਜ਼ਗਾਰ ਸਮਝ ਰਹੇ ਵੀ ਬਾਹਰੋਂ ਲੋਕ ਆ ਕੇ ਇੱਥੇ ਸੈਟਲ ਹੋ ਗਏ। ਆਪਾਂ ਦੇਖ ਲਏ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਘਰ ਆਪਣੇ ਕੰਮਕਾਰ ਸ਼ੁਰੂ ਕਰ ਲਿਆ। ਬਿਲਕੁਲ ਬਿਲਕੁਲ। ਕਦੋਂ ਫਿਰ ਤੁਹਾਡੀ ਸਾਰੀ ਫੈਮਿਲੀ ਨੂੰ ਅਸੀਂ ਪੰਜਾਬ 'ਚ ਕਦੋਂ ਦੇਖਾਂਗੇ ਬਾਈ ਜੀ? ਚੜ੍ਹਦੇ ਸਾਲ 2025 ਹਾਂਜੀ, ਪਰਮਾਤਮਾ ਸੁੱਖ ਰੱਖੇ। ਠੀਕ ਹੈ, ਸਾਰੀ ਪਲੈਨਿੰਗ ਹੋਊਗੀ? ਪਲੈਨਿੰਗ ਬਾਈ ਜੀ ਚੱਲ ਰਹੀ ਹੈ। ਪਲੈਨਿੰਗ ਕਰਨ ਵਾਲੇ ਬਾਈ ਜੀ ਥੋੜ੍ਹਾ ਜਿਹਾ ਇੱਦਾਂ ਹੈ ਹਨਾ ਵੀ ਰੱਬ 'ਤੇ ਜ਼ਿਆਦਾ ਵਿਸ਼ਵਾਸ ਹੈ ਨਾ, ਕਰਨ ਕਰਾਉਣ ਵਾਲਾ ਵਾਹਿਗੁਰੂ ਆ। ਪਲੈਨਿੰਗ ਜਿੱਦਾਂ ਬਾਣੀ ਦੇ ਵਿੱਚ ਵੀ ਆਉਂਦਾ, ਸੋਚੇ ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ, ਠੀਕ ਹੈ ਬਾਈ ਜੀ। ਵੀ ਜਦੋਂ ਇੱਧਰ ਉੱਧਰ ਗਏ ਸੀ ਉਦੋਂ ਵੀ ਕੋਈ ਸੋਚ ਕੇ ਨਹੀਂ ਸੀਗੇ, ਠੀਕ ਹੈ ਜੀ, ਕਰਨ ਕਰਾਉਣ ਵਾਲਾ ਪਰਮਾਤਮਾ ਜੀ, ਕਿਉਂਕਿ ਜਿਹੜੇ ਬੱਚੇ ਆ ਉਹਨੂੰ ਸਾਡੀ ਰੋਟੀ ਦਾ ਵੀ ਫਿਕਰ ਆ, ਠੀਕ ਹੈ ਬਾਈ ਜੀ। ਵੀ ਸਭ ਤੋਂ ਵੱਡਾ ਸਿਰਜਣਹਾਰ ਪਾਲਣਹਾਰ ਹਨਾ ਕਰਨ ਕਰਾਉਣ ਵਾਲਾ ਪਰਮਾਤਮਾ, ਬਿਲਕੁਲ ਬਿਲਕੁਲ, ਅਸੀਂ ਤੇ ਸਿਰਫ ਉਹਦੇ ਹੁਕਮਾਂ ਦੇ ਵੱਜੇ ਹਾਂ, ਜਿੱਥੇ ਉਹਦਾ ਹੁਕਮ ਹੋਇਆ ਸੀ ਉਹਦੇ ਚਲੇ ਜਾਣਾ ਜੀ। ਠੀਕ ਹੈ ਬਾਈ ਜੀ। ਜਿਹੜੀ ਆਪਣੀਆਂ ਫੈਮਿਲੀਜ਼ ਜਾਂ ਪੰਜਾਬੀ ਫੈਮਿਲੀਜ਼ ਕਹਿ ਲਓ ਜਾਂ ਇੰਡੀਅਨ ਫੈਮਿਲੀਜ਼ ਰਹਿ ਰਹੋ ਜੀ, ਬਾਹਰ ਤੁਹਾਡੇ ਰਹਿ ਰਹੀਆਂ, ਉਹ ਪੰਜਾਬ ਦੇ ਕਲਚਰ ਨੂੰ ਜਾਂ ਇੰਡੀਆ ਦੇ ਕਲਚਰ ਨੂੰ ਸਾਂਭ ਪਾ ਰਹੀਆਂ ਜਾਂ ਉੱਥੇ ਵੀ ਜਿਹੜਾ ਮਾੜਾ ਮੋਟਾ ਕੋਈ ਕਲਚਰ ਲੋਕਾਂ ਦੇ ਵਿੱਚ ਬਚਿਆ ਉਹ ਵੀ ਖਤਮ ਹੁੰਦਾ ਜਾ ਰਿਹਾ? ਬਈ ਕਲਚਰ ਤੋਂ ਭਾਵ ਬਈ ਇੱਦਾਂ ਹੁੰਦਾ ਨਾ ਬਈ ਕਲਚਰ ਇਕੱਲਾ ਭੰਗੜਾ ਗਿੱਧਾ ਨੱਚਣਾ ਗਾਉਣਾ ਇਹ ਚੀਜ਼ਾਂ ਕਲਚਰ ਨਹੀਂ ਹੈਗੀਆਂ। ਕਲਚਰ ਦੇ ਵਿੱਚ ਸਾਡੇ ਬੋਲੀ, ਸਾਡੀ ਰੀਤੀ ਰਿਵਾਜ, ਸਾਡੀਆਂ ਪਹਿਰਾਵਾ, ਸਾਡੇ ਸਾਰੀਆਂ ਚੀਜ਼ਾਂ ਆਉਂਦੀਆਂ ਹਨ। ਅਤੇ ਅਸੀਂ ਬਹੁਤ ਹੱਦ ਤੱਕ ਬਾਹਰਲੇ ਮੁਲਕਾਂ ਦੇ ਵਿੱਚ ਉਹ ਚੀਜ਼ਾਂ ਨੂੰ ਉਸ ਤਰੀਕੇ ਨਾਲ ਮੇਨਟੇਨ ਨਹੀਂ ਕਰ ਸਕਦੇ। ਜਿੱਦਾਂ ਹੁਣ ਤੁਸੀਂ ਆਪਾਂ ਪਿੰਡ ਤੋਂ ਸ਼ਹਿਰ ਤੱਕ ਹੀ ਆ ਜਾਈਏ, ਆਪਣਾ ਪਹਿਰਾਵਾ ਆਪਣੀ ਬੋਲੀ ਦਾ ਲਹਿਜਾ ਬਦਲਣ ਲੱਗ ਪੈਂਦਾ, ਅਤੇ ਉੱਥੇ ਤਾਂ ਆਪਾਂ ਫਿਰ ਬੇਗਾਨੀ ਧਰਤੀ 'ਤੇ ਬੈਠੇ ਹਾਂ ਹੈ ਨਾ ਜੀ। ਅਤੇ ਉਹ ਇਸ ਤਰੀਕੇ ਨਾਲ ਆਪਾਂ ਚੀਜ਼ਾਂ ਨਹੀਂ ਸਾਂਭ ਪਾ ਰਹੇ, ਪਰ ਠੀਕ ਆ ਵੀ ਜਿਹੜੇ ਕੋਸ਼ਿਸ਼ ਕਰ ਰਹੇ ਆ ਵੀ ਠੀਕ ਆ ਆਪਣੇ ਤੌਰ 'ਤੇ ਲੱਗੇ ਹੋਏ ਆ, ਪਰ ਜੇ ਪੰਜਾਬੀ ਪੰਜਾਬੀ ਸੱਭਿਆਚਾਰ ਬਚਾਉਣਾ ਤਾਂ ਉਹ ਪੰਜਾਬ 'ਚ ਰਹਿ ਕੇ ਹੀ ਬਚਾਇਆ ਜਾ ਸਕਦਾ। ਅਤੇ ਬਾਹਰ ਤਾਂ ਆਪਾਂ ਕਹਿੰਦੇ ਇੱਕ ਪੀੜ੍ਹੀ ਵੱਧ ਤੋਂ ਵੱਧ ਜਿਹੜੇ ਇੱਥੋਂ ਗਏ ਆ, ਜਿਹੜੇ ਇੱਥੇ ਜੰਮ ਪਲ ਕੇ ਗਏ ਆ, ਉਹ ਸਾਂਭ ਲੈਣਗੇ, ਸੋ ਅਗਲੀ ਪੀੜ੍ਹੀ ਉਹ ਚੀਜ਼ ਨਾਲ ਉਸ ਤਰੀਕੇ ਨਾਲ ਨਹੀਂ ਜੁੜਦੀ। ਜਿਹੜੇ ਲੋਕ ਬਾਹਰ ਰਹਿ ਕੇ ਇਹ ਦਾਅਵਾ ਕਰਦੇ ਆ ਵੀ ਸਾਡੇ ਜਵਾਕ ਪੰਜਾਬੀ ਸਕੂਲਾਂ 'ਚ ਪੜ੍ਹਦੇ ਆ ਜਾਂ ਅਸੀਂ ਉਹਨਾਂ ਨੂੰ ਪੰਜਾਬੀ ਸਿਖਾ ਰਹੇ ਹਾਂ ਜਾਂ ਉਹ ਗੁਰਦੁਆਰੇ ਜਾਂਦੇ ਆ, ਜੀ ਕਿ ਉਹ ਜਵਾਕਾਂ ਦਾ ਜਿਹੜਾ ਪਾਲਣ ਪੋਸ਼ਣ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਪਰ ਪੰਜਾਬੀ ਆ ਜਾਂ ਉਹ ਪੰਜਾਬ ਦੇ ਨਾਲ ਟੱਚ ਰਹਿਣਗੇ ਜਾਂ ਪੰਜਾਬ ਦਾ ਕਲਚਰ ਉਹਨਾਂ 'ਤੇ ਭਾਰੂ ਰਹੂਗਾ? ਬਈ ਜੀ ਇੱਦਾਂ ਵੀ ਸਿਆਣੇ ਕਹਿੰਦੇ ਹੁੰਦੇ ਜਿੱਥੇ ਦਾ ਰੁੱਖ ਉੱਥੇ ਦਾ ਸੁੱਖ, ਵੀ ਜਿਹੜਾ ਜੋ ਇੱਥੇ ਧਰਤੀ 'ਤੇ ਆਪਾਂ ਕਰ ਸਕਦੇ ਉੱਥੇ ਨਹੀਂ ਕਰ ਸਕਦੇ। ਠੀਕ ਹੈ ਪੰਜਾਬੀ ਬੋਲ ਲੈਣਗੇ, ਪੰਜਾਬੀ ਪੜ੍ਹ ਲੈਣਗੇ, ਠੀਕ ਹੈ, ਪਰ ਬਈ ਜੀ ਇਸ ਟਾਈਮ ਜੋ ਪੰਜਾਬ ਦੇ ਹਾਲਾਤ ਆ ਜਾਂ ਜੋ ਸਾਡੀ ਧਰਤੀ ਦੇ ਵੀ ਇੱਥੇ ਇੱਕ ਲੜਾਈ ਚੱਲ ਰਹੀ ਆ,
ਠੀਕ ਹੈ ਜੀ। ਸਾਡੀ ਲੜਾਈ ਕਾਫੀ ਮੁੱਦਿਆਂ ਨਾਲ ਆ, ਸਾਡੀ ਆਪਣੀ ਬੋਲੀ ਬਚਾਉਣੀ, ਆਪਣਾ ਧਰਮ ਬਚਾਉਣਾ, ਆਪਣੀ ਸਭਿਅਤਾ ਬਚਾਉਣ ਦੀ ਲੜਾਈ ਚੱਲ ਰਹੀ ਹੈ ਇਸ ਟਾਈਮ, ਅਤੇ ਉਹ ਲੜਾਈ ਪੰਜਾਬ ਰਹਿ ਕੇ ਹੀ ਲੜ ਸਕਦੇ ਹਾਂ। ਵੀ ਠੀਕ ਹੈ ਵੀ ਜੇ ਬਾਹਰ ਰਹਿ ਕੇ ਜਿਹੜੇ ਉਪਰਾਲਾ ਕਰ ਰਹੇ ਅਸੀਂ ਉਹਨਾਂ ਨੂੰ ਨਿੰਦਦੇ ਨੀਗੇ, ਠੀਕ ਹੈ, ਉਹ ਵੀ ਆਪਣੀ ਜਗ੍ਹਾ ਬਹੁਤ ਚੰਗਾ ਕੰਮ ਕਰ ਰਹੇ ਆ, ਪਰ ਅਸਲ ਲੜਾਈ ਪੰਜਾਬ ਦੀ ਧਰਤੀ 'ਤੇ ਰਹਿ ਕੇ ਹੀ, ਜੋ ਮੇਰੀ ਸਮਝ ਨਹੀਂ ਹੈ, ਵੀ ਇੱਥੇ ਰਹਿ ਕੇ ਲੜ ਸਕਦੇ ਹਾਂ ਆਪਾਂ। ਜਿਹੜੇ ਇੱਧਰੋਂ ਸਟੂਡੈਂਟ ਸਾਡੇ ਭੈਣ ਭਰਾ ਜਾ ਰਹੇ ਆ ਜੀ, ਉਹਨਾਂ ਦਾ ਉੱਥੇ ਕਿਵੇਂ ਦਾ ਮਾਹੌਲ ਹੈ, ਜਾਂ ਉਹਨਾਂ ਨੂੰ ਕੰਮ ਕਾਰ ਮਿਲ ਰਿਹਾ, ਜਾਂ ਉਹਨਾਂ ਨੂੰ ਆਉਣ ਵਾਲਾ ਜਿਹੜਾ ਹੈਗਾ ਸਟਰਗਲ ਦਾ ਟਾਈਮ ਕਿੰਨਾ ਕੀ ਹੈ, ਕੀ ਸਿਸਟਮ ਹੈ ਉਹਨਾਂ? ਬਈ ਜੀ ਇੱਦਾਂ ਹੈ ਨਾ, ਵੀ ਅਸੀਂ ਬਹੁਤ ਭੇਡ ਚਾਲ ਦੇ ਵਿੱਚ ਉੱਧਰ ਨੂੰ ਜਾ ਰਹੇ ਹਾਂ, ਠੀਕ ਹੈ, ਮਜਬੂਰੀ ਵਾਲੇ ਹੋਣਗੇ ਪਰ ਮਜਬੂਰੀ ਵਾਲੇ ਘੱਟ ਆ, ਜਿਹੜੇ ਭੇਡ ਚਾਲ 'ਚ ਜਾ ਰਹੇ ਆ ਉਹ ਜ਼ਿਆਦਾ ਆ। ਜੇ ਅਸੀਂ ਗੱਲ ਕਰੀਏ ਗਰੀਬੀ ਦੀ, ਬਈ ਜੀ ਗਰੀਬੀ ਪਾਕਿਸਤਾਨ, ਚਲੋ ਮੁਲਕ ਤਾਂ ਸਾਡਾ ਹੀ ਆ, ਅਤੇ ਕਹਿ ਲਈਏ ਵੀ ਪਾਕਿਸਤਾਨ ਦਾ ਪੰਜਾਬ ਹੈ ਜਾਂ ਪਾਕਿਸਤਾਨ, ਉੱਧਰ ਦੇ ਹਾਲਾਤ ਸਾਡੇ ਇਸ ਪੰਜਾਬ ਨਾਲੋਂ ਬਹੁਤ ਜ਼ਿਆਦਾ ਮਾੜੇ ਆ, ਪਰ ਉਹ ਫਿਰ ਵੀ ਇੰਨਾ ਕੁ ਉਹਨਾਂ ਨੇ ਆਪਣੇ ਆਪ ਨੂੰ ਸਾਂਭਿਆ ਹੋਇਆ ਵੀ ਉਹ ਇਕੱਲੀਆਂ ਕੁੜੀਆਂ ਨੂੰ ਬਾਹਰ ਨਹੀਂ ਭੇਜਦੇ। ਅਤੇ ਅਸੀਂ ਜਿਹੜਾ ਭੇਡ ਚਾਲ ਦੇ ਵਿੱਚ ਫਸ ਕੇ ਇਕੱਲੀਆਂ ਕੁੜੀਆਂ ਨੂੰ ਜਿਹੜਾ ਬਾਹਰ ਭੇਜਣਾ ਸ਼ੁਰੂ ਕੀਤਾ, ਜੋ ਕਿ ਮੁੰਡੇ ਤਾਂ ਸਟਰਗਲ ਕਰਕੇ ਕਿਤੇ ਕਿਸੇ ਦਾ ਮਿੰਤਰਲਾ ਕਰਕੇ ਵੀ ਆਪਣਾ ਗੁਜ਼ਾਰਾ ਕਰ ਲੈਣਗੇ, ਪਰ ਕੁੜੀਆਂ ਦੇ ਲਈ, ਖਾਸ ਕਰ ਕੁੜੀਆਂ ਦੇ ਲਈ ਬਹੁਤ ਔਖਾ ਹੋ ਜਾਂਦਾ। ਅਤੇ ਜੇ ਆਪਾਂ ਕਹੀਏ ਵੀ ਸਾਰੇ ਮਜਬੂਰੀ ਵਾਸੀ ਗਏ, ਮਜਬੂਰੀ ਵਾਸੀ ਨਹੀਂ ਸਰ, ਆਪਾਂ ਭੇਡ ਚਾਲ ਦੇ ਭੇਡ ਚਾਲ ਦੇ ਜ਼ਿਆਦਾ ਸ਼ਿਕਾਰ ਹੈਗੇ। ਹਾਂਜੀ, ਅਤੇ ਉਸ ਉੱਧਰ ਜਿਹੜਾ ਮਾਹੌਲ ਆ, ਉਹ ਕੁਛ ਇੱਧਰ ਕਮਿਊਨਿਟੀਜ਼ ਹੈਗੀਆਂ ਵੀ ਜਿਹੜੀਆਂ ਖਾਸ ਕਰ ਸਾਡੇ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰਦੀਆਂ। ਅੱਛਾ, ਅਤੇ ਉਹ ਧਰਮ ਪਰਿਵਰਤਨ ਤੱਕ ਉਹ ਚੀਜ਼ਾਂ, ਅਤੇ ਉਹ ਤੁਸੀਂ ਦੇਖੋ ਵੀ ਜਿਹੜੇ ਸਾਡੀ ਪੰਜਾਬੀ ਨਸਲ ਆ ਵੀ ਉਹ ਸਾਡੀ ਨਸਲ ਦੇ ਜਿਹੜੀ ਆਪਣੇ ਪੰਜਾਬੀ ਕੁੜੀਆਂ ਉਹਨਾਂ ਨਾਲ ਬੱਚਾ ਪੈਦਾ ਕਰਨ ਦੇ, ਯਾਨੀ ਕਿ ਉਹ ਇੱਧਰ ਹੀ ਸੋਚ ਰੱਖਦੀਆਂ ਵੀ ਅਸੀਂ ਜਿਹੜੇ ਸਾਡੇ ਜੀਨਸ ਆ, ਜੀਨਸ ਚੇਂਜ ਕਰ ਰਹੇ ਆ, ਪੰਜਾਬੀ ਜੀਨਸ ਵੀ ਸਾਡੇ ਗਾਂ ਹਾਲਾਤ 'ਚ ਆਉਣ। ਬਿਲਕੁਲ, ਹਾਂ ਬਿਲਕੁਲ, ਕਿਉਂਕਿ ਆਪਣਾ ਓਬਵੀਅਸਲੀ ਵੀ ਪੰਜਾਬੀਆਂ ਨੂੰ ਬਹਾਦਰ ਕੌਮ ਮੰਨਿਆ ਗਿਆ ਆ, ਵੀ ਐਡਾ ਸਟਰਗਲ ਰਿਹਾ ਆ ਜੀ, ਅਤੇ ਹਰ ਇੱਕ ਯਾਨੀ ਕਿ ਕਈ ਇੱਧਰ ਦੀ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਟਾਰਗੇਟ ਕਰ ਰਹੀਆਂ, ਅਤੇ ਖਾਸ ਕਰਕੇ ਕੁੜੀਆਂ ਵਾਸਤੇ ਬਹੁਤ ਔਖਾ, ਬਹੁਤ ਸਟਰਗਲ ਆ। ਬਾਕੀ ਗੱਲ ਇਹ ਵੀ ਆ ਬਈ ਜੀ, ਜਿਹੜਾ ਇੱਧਰੋਂ 20-25-30 ਲੱਖ ਰੁਪਈਆ ਲਾ ਕੇ ਜਾਂਦਾ ਜੀ, ਉੱਥੇ ਜਾ ਕੇ ਸਟਰਗਲ, ਕੰਮ ਦੀ ਸਟਰਗਲ, ਸੈਟਿੰਗ ਕਰਨ ਨੂੰ ਉੱਥੇ ਬਈ 5-6-7 ਸਾਲ ਲੰਘ ਜਾਂਦੇ ਆ ਜੀ, ਠੀਕ ਹੈ ਜੀ। ਅਤੇ ਮੁੜ ਕੇ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੈਂ ਇੰਨੀ ਸਟਰਗਲ ਕੀਤੀ ਆ ਤਾਂ ਮੈਂ ਹੁਣ ਆਪਣਾ ਘਰ ਪਰਿਵਾਰ ਸੈੱਟ ਕਰਾਂ ਸਾਰਾ ਕੁਛ, ਉਹ ਫਿਰ ਸੈਟਿੰਗਾਂ ਦੇ ਵਿੱਚ ਐਸਾ ਇੱਕ ਸਰਕਲ ਹੀ ਉਹਨਾਂ ਕੰਟਰੀਆਂ ਦਾ ਇੱਦਾਂ ਦਾ ਆ ਹੈ ਨਾ, ਅਤੇ ਉਹ ਫਿਰ ਬੰਦਾ ਵਾਪਸ ਆਉਣ ਦਾ, ਵਾਪਸ ਆਉਣ ਦੇ ਜਿਹੜੇ ਚਾਂਸਿਸ ਬਹੁਤ ਘੱਟ ਜਾਂਦੇ, ਬਹੁਤ ਘੱਟ ਜਾਂਦੇ ਆ, ਬੰਦਾ ਉਹ ਜਿਹੜਾ ਚੱਕਰ ਵਿੱਚ ਫਸ ਜਾਂਦਾ। ਬਿਲਕੁਲ ਬਿਲਕੁਲ, ਉਹਨੂੰ ਕੰਟਰੀਆਂ ਦੇ ਸਰਕਲ ਹੀ ਐਸੇ ਆ। ਜਿਹੜੀਆਂ ਉੱਥੇ ਐਨ ਜੀ ਓ ਵਗੈਰਾ ਜਾਂ ਆਪਾਂ ਪੰਜਾਬੀ ਐਨ ਜੀ ਓ ਕਹਿ ਲਈਏ, ਜਿਹੜੇ ਵੀ ਇੱਧਰ ਵੀ ਲੋਕਾਂ ਦੀ ਮਦਦ ਕਰਦੇ ਆ ਜਾਂ ਉੱਧਰ ਵੀ ਕਮਿਊਨਿਟੀ ਨੂੰ ਅੱਗੇ ਲਿਜਾਣ ਵਾਸਤੇ ਮਦਦ ਕਰਦੇ ਆ, ਉਹਨਾਂ ਦਾ ਕੀ ਰੋਲ ਆ ਕਿ ਉਹ ਕੁਛ ਐਨ ਜੀ ਓ ਵਗੈਰਾ ਕੰਮ ਕਰ ਰਹੀ ਹੈ ਇਸ ਚੀਜ਼ 'ਤੇ ਵੀ ਲੋਕਾਂ ਨੂੰ ਗਾਈਡ ਕੀਤਾ ਜਾਵੇ, ਪੰਜਾਬ ਦਾ ਕਲਚਰ ਬਚਾਇਆ ਜਾਵੇ ਜਾਂ ਪੰਜਾਬ ਦੀ ਜ਼ਬਾਨੀ ਬਚਾਈ ਜਾਵੇ, ਕੋਈ ਇੱਦਾਂ ਦਾ? ਬਈ ਜੀ ਠੀਕ ਆ ਵੀ ਆਪਾਂ, ਚਲੋ ਜਿਹੜੇ ਕੋਈ ਵੀ ਉਪਰਾਲਾ ਕਰ ਰਹੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਠੀਕ ਆ, ਅਗਲੇ ਆਪਣੇ ਤੌਰ 'ਤੇ ਲੱਗੇ ਹੋਏ ਆ, ਪਰ ਬਈ ਜੀ ਗੱਲ ਇਹ ਆ ਵੀ ਸਾਨੂੰ ਹੁਣ ਜਿਹੜਾ ਬਾਹਰ ਪੰਜਾਬੀ ਬੈਠਾ ਉਹ ਫਿਕਰਮੰਦ ਤਾਂ ਹੈਗਾ ਹੈ ਨਾ, ਇਕੱਲੀ ਐਨ ਜੀ ਓਜ਼ ਨਹੀਂ, ਜਿਹੜੇ ਇੰਡੀਵਿਜੁਅਲ ਵੀ ਕੰਮ ਕਰਦੇ ਆ ਉਹ ਵੀ ਫਿਕਰਮੰਦ ਹੈਗੇ ਆ, ਪਰ ਗੱਲ ਇਹ ਆ ਬਈ ਜੀ ਪੰਜਾਬ ਨੂੰ ਇੱਦਾਂ ਹੀ ਬਚਾਇਆ ਜਾ ਸਕਦਾ ਜੇ ਅਸੀਂ ਆਪੋ ਆਪਣੇ ਘਰ ਸਾਂਭ ਲਈਏ, ਆਪੋ ਆਪਣੇ ਘਰ ਸਾਂਭੀਏ, ਆਪੋ ਆਪਣੇ ਪਿੰਡ ਸਾਂਭੀਏ, ਪੰਜਾਬ ਆਪੇ ਹੀ ਖੁਸ਼ਹਾਲ ਹੋ ਸਕਦਾ, ਪੰਜਾਬ ਆਪੇ ਹੀ ਬਚ ਸਕਦਾ, ਪੰਜਾਬ ਖੁਦ ਹੀ ਲੀਹਾਂ 'ਤੇ ਆਜੂਗਾ ਵਾਪਸ, ਵੀ ਜੇ ਅਸੀਂ ਆਪੋ ਆਪਣੇ ਘਰ ਆਪੋ ਆਪਣੇ ਪਿੰਡ ਸਾਂਭ ਲਈਏ। ਬਿਲਕੁਲ ਬਿਲਕੁਲ, ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਹੈ, ਬਿਲਕੁਲ ਬਿਲਕੁਲ, ਅੱਗੇ ਆਉਣਾ ਪੈਣਾ। ਹਾਂਜੀ ਹਾਂਜੀ, ਕਿਉਂਕਿ ਇਹ ਸਾਡਾ ਬਈ ਜੀ ਅਸੀਂ ਭੇਡ ਚਾਲ ਦੇ ਮਗਰ ਵਿੱਚ ਬਹੁਤ ਆ ਜਾਂਦੇ ਹਾਂ,
ਹੁਣ ਸਾਡੇ ਦੁਆਬੇ ਦੇ ਵਿੱਚ ਹੁਣ ਜਦੋਂ ਦਾ ਮੈਂ ਇਹ ਉਪਰਾਲਾ ਕਰ ਰਿਹਾ ਵਾਪਸ ਆਉਣ ਦਾ ਜਾਂ ਜਦੋਂ ਯਾਰ ਜਿਹੜੀ ਮੇਰੀ ਚੱਲ ਰਹੀ ਆ ਇਹਦੇ ਵਿੱਚ ਮੈਨੂੰ ਨੈਗੇਟਿਵ ਰਿਸਪੋਂਸ ਬਹੁਤ ਆਇਆ। ਉਹਦਾ ਕਾਰਨ ਇਹ ਆ ਵੀ ਜਿਹੜੇ ਲੋਕ ਗਏ ਆ ਉਹ ਵਾਪਸ ਬਹੁਤ ਘੱਟ ਆਏ ਆ, ਕਿਤੇ 100 ਦੇ ਵਿੱਚੋਂ ਨਹੀਂ, ਕਿਤੇ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਅੱਧਾ ਆਇਆ ਹੋਊਗਾ ਵਾਪਸ, 1-2% ਆਪਾਂ ਕਾਊਂਟ ਕਰ ਸਕਦੇ। ਆਏ ਵੀ ਉਹ ਹੋਣਗੇ ਜਿਹੜੇ ਫੜ ਹੋ ਕੇ ਆਉਂਦੇ ਆ, ਤੇ ਜਾਂ ਕੋਈ ਕੰਮ ਦੀ ਦਿੱਕਤ ਨਾ, ਜਾਂ ਕਿਸੇ ਸਿਹਤ ਪੱਖੋਂ ਕੋਈ ਐਸੀ ਦਿੱਕਤ ਆਉਂਦੀ ਹੈ ਤਾਂ ਆਉਂਦੇ ਆ, ਨਹੀਂ ਤੇ ਜਿਹੜਾ ਆਪਣੀ ਸੈਟਿੰਗ ਜਿਹੜੇ ਬੰਦੇ ਪੱਕੇ ਤੌਰ ਤੇ ਉੱਧਰ ਰਹਿੰਦੇ ਆ ਉਹ ਜਿਹੜਾ ਉਹਨਾਂ ਦਾ ਸਿਸਟਮ ਹੈ ਉਹ ਛੱਡ ਕੇ ਇੱਥੇ ਬਹੁਤ ਘੱਟ ਆਉਂਦੇ ਆ, ਤੇ ਮੈਨੂੰ ਉਸ ਚੀਜ਼ ਦਾ ਬਹੁਤ ਨੈਗੇਟਿਵ ਰਿਸਪੋਂਸ ਮਿਲ ਰਿਹਾ ਰਿਸ਼ਤੇਦਾਰਾਂ ਵੱਲੋਂ ਆਲ ਦੁਆਲ, ਕਿਉਂਕਿ ਅਸੀਂ ਜਦੋਂ ਸਾਰਿਆਂ ਦੀ ਭੀੜ ਦਾ ਮੂੰਹ ਦੂਜੇ ਪਾਸੇ ਹੋਵੇ ਤੇ ਤੁਸੀਂ ਵਾਪਸੀ ਵੱਲ ਨੂੰ ਹੋਵੋ, ਬਿਲਕੁਲ ਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ, ਕਿਉਂਕਿ ਹਰ ਇੱਕ ਕੋਈ ਬੰਦਾ ਇਹੀ ਕਮੈਂਟ ਪਾਸ ਕਰ ਰਿਹਾ ਬਿਲਕੁਲ ਵੀ ਲੋਕੀ ਇੱਧਰ ਉੱਧਰ ਜਾ ਰਹੇ ਆ ਤੁਸੀਂ ਉੱਧਰ ਸਾਰਾ ਕੁਝ ਛੱਡ ਕੇ ਇੱਧਰ ਆ ਰਹੇ ਆ, ਕਿਉਂਕਿ ਹਵਾ ਦੇ ਰੁੱਖ ਤੋਂ ਉਲਟ ਜਿਹੜਾ ਹੈਗਾ ਉਹਦੇ ਤੋਂ ਉਲਟ ਜਾਂ ਸਮੁੰਦਰ ਦੇ ਪਾਣੀ ਦੇ ਰੁੱਖ ਤੋਂ ਉਲਟ ਚੱਲਣਾ ਇੱਕ ਬਹੁਤ ਕਹਿ ਲਓ ਵੀ ਜਜ਼ਬੇ ਦੀ ਲੋੜ ਹੁੰਦੀ ਆ, ਤੁਹਾਡੇ ਕੋਲ ਹੌਸਲਾ ਬਹੁਤ ਚਾਹੀਦਾ ਇਸ ਚੀਜ਼ ਬਾਈ ਜੀ। ਇਹ ਤੇ ਕਰਨ ਕਰਾਉਣ ਵਾਲਾ ਪਰਮਾਤਮਾ, ਜੇ ਤੁਸੀਂ ਉਹ ਪਰਮਾਤਮਾ ਤੇ ਡੋਰਾ ਰੱਖ ਕੇ ਚੱਲਦੇ ਹੋ ਨਾ ਉਹ ਰਾਹ ਖੁਦ ਹੀ ਬਣਾ ਲੈਂਦਾ। ਹੁਣ ਜਦੋਂ ਦਾ ਚਲੋ ਨੈਗੇਟਿਵ ਰਿਸਪੋਂਸ ਜਿਹੜਾ ਚਲੋ ਉਹ ਚੀਜ਼ਾਂ ਨੇ ਚੱਲਦੀਆਂ ਰਹਿੰਦੀਆਂ, ਪਰ ਨਾਲ ਕੁਛ ਬੰਦੇ ਕੁਛ ਭਰਾ ਇੱਦਾਂ ਦੇ ਜੁੜ ਗਏ ਵੀ ਜਿਨ੍ਹਾਂ ਨੇ ਇੰਨਾ ਕੁ ਹੌਸਲਾ ਦੇ ਦਿੱਤਾ ਵੀ ਹੁਣ ਵੀ ਆਪਾਂ ਵਾਪਸ ਪਿੱਛੇ ਨਹੀਂ ਮੁੜਦੇ, ਹੁਣ ਅੱਗੇ ਹੀ ਵਧਾਂਗੇ। ਕਿਉਂਕਿ ਜਦੋਂ ਤੁਸੀਂ ਕੋਈ ਸੋਚ ਪੋਜ਼ਿਟਿਵ ਰੱਖਦੇ ਆ ਤਾਂ ਪੋਜ਼ਿਟਿਵ ਰਾਹ ਤੁਹਾਨੂੰ ਮਿਲਨੇ ਬਿਲਕੁਲ 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 ਸ਼ੁਰੂ ਹੋ ਜਾਂਦੇ। ਬਿਲਕੁਲ ਜੀ, ਪਰਮਾਤਮਾ ਜੇ ਤੁਸੀਂ ਪਰਮਾਤਮਾ ਦਾ ਭਰੋਸਾ ਰੱਖਦੇ ਆ ਵੀ ਪਰਮਾਤਮਾ ਆਪੇ ਹੀ ਕਰਨ ਕਰਾਉਣ ਵਾਲਾ ਉਹੀ ਹੈ ਜੀ, ਉਹ ਆਪੇ ਰਾਹ ਬਣਾਉਂਦਾ ਜਾਂਦਾ। ਜਿਵੇਂ ਸਾਡੀ ਨੌਜਵਾਨ ਪੀੜ੍ਹੀ ਆ ਉਹਦੇ 'ਚ ਇੰਨਾ ਕੁ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਜਿਹੜਾ ਕੰਸੈਪਟ ਭਾਰੂ ਪੈ ਗਿਆ, ਬਿਨਾਂ ਸੋਚੇ ਸਮਝੇ ਜਿਹੜੇ ਹੈਗੇ ਆਪਾਂ ਕਹਿ ਲਓ ਵੀ ਪੰਜਾਬੀ 'ਚ ਜਹਾਜ਼ ਲੱਦੇ ਤੁਰੇ ਜਾਂਦੇ ਹਨ ਬਾਹਰਲੇ ਮੁਲਕਾਂ 'ਚ, ਕੈਨੇਡਾ ਹੋ ਗਿਆ, UK ਹੋ ਗਿਆ, ਆਸਟ੍ਰੇਲੀਆ ਹੋ ਗਿਆ, ਠੀਕ ਹੈ, USA ਹੋ ਗਿਆ। ਹੁਣ ਤੁਹਾਡੇ ਜਿਹੜੇ ਤੁਸੀਂ ਜਿਹੜੇ ਮੁਲਕ 'ਚ ਰਹਿੰਦੇ ਆ ਉੱਥੇ ਤਾਂ ਮੈਂ ਇਹ ਸੁਣਿਆ ਵੀ ਬੰਦੇ ਨੂੰ PR ਵੀ ਬਹੁਤ ਮੁਸ਼ਕਲ ਦਾ ਮਿਲਦੀ ਹੈ ਵੀ ਨਾ ਦੇ ਬਰਾਬਰ ਹੀ ਆ, ਪੇਰੈਂਟਸ ਤਾਂ ਤੁਹਾਡੇ PR ਹੋ ਹੀ ਨਹੀਂ ਸਕਦੇ। ਨਹੀਂ ਹੋ ਸਕਦੇ। ਹਾਂਜੀ ਬਾਈ ਜੀ, ਉੱਥੇ ਜੱਦੋਜਹਿਦ ਬਹੁਤ ਲੰਬੀ ਆ, ਅੱਗੇ ਦੇ 14 ਸਾਲ ਬਾਅਦ ਪੱਕਾ ਕਰ ਦਿੰਦੇ ਸੀ ਤੇ ਹੁਣ ਉਹ ਵੀ ਸਮਾਂ ਵਧਾ ਕੇ 20 ਸਾਲ ਕਰ ਦਿੱਤਾ। ਅੱਛਾ, ਤੁਸੀਂ ਦੇਖੋ ਕਿਸੇ ਦੀ ਜ਼ਿੰਦਗੀ ਦੇ 20 ਸਾਲ ਵੀ ਉਸ ਕੰਟਰੀ ਦੇ ਵਿੱਚ ਉਸ ਤਰੀਕੇ ਨਾਲ ਗੁਜ਼ਾਰਨੇ, ਵੀ ਇੱਕ ਕੱਚੇ ਤੌਰ ਤੇ ਰਹਿਣਾ, ਕਿੰਨੀਆਂ ਦਿੱਕਤਾਂ ਦਾ ਸਾਹਮਣਾ, ਕਿ ਡਾਕਟਰੀ ਇਲਾਜ ਤੋਂ ਬਿਨਾਂ ਜਾਂ ਕਹਿ ਲਓ ਸੁੱਖ ਸਹੂਲਤਾਂ ਤੋਂ ਬਿਨਾਂ ਰਹਿਣਾ। ਇੱਥੇ ਅਸੀਂ ਬਹੁਤ ਛੇਤੀ ਰੌਲਾ ਪਾ ਦਿੰਦੇ ਹਾਂ ਵੀ ਸਾਨੂੰ ਆਹ ਸਹੂਲਤ ਨਹੀਂ ਮਿਲਦੀ ਜਾਂ ਉਹ ਕੁਛ, ਉਹ ਤਾਂ ਤੁਸੀਂ ਦੇਖੋ 20-20 ਸਾਲ ਇੱਦਾਂ ਦੇ ਲੋਕ ਹੈਗੇ ਆ, ਇੱਦਾਂ ਦੇ ਬਹੁਤ ਲੋਕ ਮਿਲ ਜਾਣਗੇ ਵੀ ਜਿਹੜੇ 20-20 ਸਾਲ ਵਾਲੇ ਚੱਕਰਾਂ 'ਚ ਫਸੇ ਹੋਏ ਆ, ਅਤੇ ਉਹ ਤੁਸੀਂ ਦੇਖੋ ਵੀ ਇੱਕ 20 ਸਾਲ ਕੋਈ ਛੋਟਾ ਮੋਟਾ ਸਮਾਂ ਨਹੀਂ ਹੁੰਦਾ, ਇੱਕ ਬੱਚਾ ਜੰਮ ਕੇ ਜਵਾਨ ਹੋ ਜਾਂਦਾ, ਵਿਆਹੁਣ ਵਾਲਾ ਹੋ ਜਾਂਦਾ 20 ਸਾਲ, ਤੇ ਤੁਸੀਂ ਦੇਖੋ 20 ਸਾਲ ਦਾ ਬਨਵਾਸ ਕੱਟਦੇ ਆ। ਮੈਂ ਪਿੱਛੇ ਜੇ ਮੈਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਕਾਲ ਆਈ ਸੀ UK ਤੋਂ ਜੀ, ਅਤੇ ਉਹ ਬ੍ਰਦਰ ਦੱਸ ਰਿਹਾ ਸੀਗਾ ਵੀ ਜਿਹੜੀ ਇੱਥੋਂ ਦੀ ਨੌਜਵਾਨ ਪੀੜ੍ਹੀ ਆ, ਪੰਜਾਬੀ ਕਹਿ ਲਓ ਜਾਂ ਇੰਡੀਅਨ ਕਹਿ ਲਓ ਜੀ, ਵੀ ਉਹ ਉਹਨਾਂ ਦਾ ਜਿਹੜਾ ਜਿਹੜੇ ਲਿੰਕ ਆ ਜਾਂ ਉਹਨਾਂ ਦਾ ਜਿਹੜਾ ਬਹਿਣ ਉੱਠਣ ਆ ਉੱਧਰ ਗੋਰਿਆਂ ਨਾਲ ਜਾਂ ਕਾਲਿਆਂ ਨਾਲ ਹੈਗਾ। ਹਾਂਜੀ, ਵੀ ਉਹ ਨਸ਼ੇ ਵੀ ਹਰ ਤਰ੍ਹਾਂ ਦੇ ਕਰਦੇ ਆ ਜਾਂ ਉਹਨਾਂ ਦੀ ਸੰਗਤ ਵੀ ਕਹਿ ਲਓ ਵੀ ਉਹਨਾਂ ਦੇ ਨਾਲ ਜਿਹੜੀ ਕਿ ਇੰਨੇ ਮਿਕਸ ਅਪ ਹੋਏ ਪਏ ਆ, ਵੀ ਇਹ ਵੀ ਇੱਕ ਚਿੰਤਾ ਦਾ ਵਿਸ਼ਾ। ਬਹੁਤ ਵੱਡਾ, ਉਹੀ ਗੱਲ ਹੈ ਬਾਈ ਜੀ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਜਿੱਥੇ ਰੁੱਖ ਉੱਥੇ ਹੀ ਸੁੱਖ, ਜਿਹੜਾ ਮਾਹੌਲ ਸਾਨੂੰ, ਜਿਹੜਾ ਕਲਚਰ, ਜਿਹੜਾ ਸਾਨੂੰ ਇੱਥੇ ਮਿਲਣਾ ਸਿਸਟਮ, ਉਹ ਉੱਥੇ ਬਾਹਰਲੀਆਂ ਕੰਟਰੀ ਨੇ, ਉੱਥੇ ਕਈ ਤਰ੍ਹਾਂ ਦੀਆਂ ਮਿਕਸ ਕਮਿਊਨਿਟੀਜ਼ ਹੋਣਗੀਆਂ, ਹਰੇਕ ਕਮਿਊਨਿਟੀ ਦਾ ਆਪਣਾ ਕਲਚਰ, ਆਪਣਾ ਉਹਨਾਂ ਦਾ ਸਿਸਟਮ ਹੋਊਗਾ। ਕਿਸੇ ਕਮਿਊਨਿਟੀ ਦੇ ਵਿੱਚ ਸਿਗਰਟ ਪੀਣ ਨੂੰ ਚੰਗਾ ਸਮਝਦੇ, ਤੰਬਾਕੂ ਨੂੰ ਚੰਗਾ ਸਮਝਦੇ, ਕਿਸੇ 'ਚ ਸ਼ਰਾਬ ਪੀਣ ਨੂੰ ਚੰਗਾ ਸਮਝਦੇ ਹੋਣਗੇ, ਹੈ ਨਾ, ਪਰ ਸਾਡੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ। ਅਤੇ ਉਹ ਫਿਰ ਹੁਣ ਜਿੱਦ ਆਪਣੇ ਨੌਜਵਾਨ ਜਾਂ ਬੱਚੇ ਬੱਚੀਆਂ ਜਿੱਦਾਂ ਦੇ ਮਾਹੌਲ 'ਚ ਵੱਡੇ ਹੋਣਗੇ ਅਤੇ ਉੱਦਾਂ ਦੇ ਹੀ ਕੰਮ ਕਰਨਗੇ ਭਾਅ ਜੀ।
ਜਿਹੜੇ ਤੁਹਾਡੇ ਨਾਲ ਕੰਮ ਕਰਦੇ ਆ ਜਾਂ ਤੁਹਾਡਾ ਫਰੈਂਡ ਸਰਕਲ ਆ, ਉਹ ਕਿਤੇ ਨਾ ਕਿਤੇ ਚਿੰਤਿਤ ਹੈਗੇ ਇਸ ਗੱਲ ਨੂੰ ਵੀ ਸਾਨੂੰ ਪੰਜਾਬ ਮੁੜਨਾ ਚਾਹੀਦਾ ਜਾਂ ਕੋਈ ਰਿਵਰਸ ਇਮੀਗ੍ਰੇਸ਼ਨ ਦੀ ਕੋਈ ਗੱਲ ਚੱਲਦੀ ਰਹਿੰਦੀ ਆ? ਬਾਈ ਜੀ, ਅੱਜ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੰਜਾਬੀ ਫਿਕਰਮੰਦ ਤਾਂ ਬਹੁਤ ਆ, ਹਾਂ, ਅਤੇ ਪਰ ਚੱਕਰ ਇਹ ਹੈ ਵੀ ਹਰ ਇੱਕ ਦਾ ਵਾਪਸੀ ਕਰਨਾ ਵੀ ਔਖਾ, ਕਿਉਂਕਿ ਹਰ ਇੱਕ ਦੀ ਘਰ ਦੀ ਸਟੋਰੀ ਵੱਖਰੀ ਹੈ। ਬਿਲਕੁਲ, ਕਿਸੇ ਦੀ ਹੁਣ ਤੁਸੀਂ ਦੇਖੋ ਨਾ, ਜਿਹੜੇ ਬੰਦੇ ਨੇ 20 ਸਾਲ ਸਟਰਗਲ ਕਰਕੇ ਉੱਧਰ ਵੀ ਪੱਕਾ ਹੋਇਆ ਜੀ, ਵੀ ਉਹ ਹੁਣ ਉਸ ਜਿਹੜਾ ਹੁਣ ਉਹਨੂੰ ਸੁੱਖ ਸਹੂਲਤਾਂ ਮਿਲਣਗੀਆਂ ਉਹਦਾ ਆਨੰਦ ਮਾਨਣ ਦੇ ਲਈ ਉੱਥੇ ਵੱਜੀ ਹੋਊਗਾ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਪਰ ਫਿਕਰਮੰਦ ਹੈਗੇ ਆ, ਕੁਛ ਕੋਸ਼ਿਸ਼ ਕਰ ਵੀ ਰਹੇ ਆ, ਪਰ ਬਹੁਤ ਘੱਟ, ਖਾਸ ਕਰ ਦੁਆਬੇ ਦੇ ਵਿੱਚ ਇਹ ਚੀਜ਼ ਬਹੁਤ ਘੱਟ ਹੋ ਰਹੀ ਆ। ਕੋਈ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਹਮੇਸ਼ਾ ਹੀ ਤੁਹਾਡੇ ਦਿਮਾਗ 'ਚ ਚੱਲਦੀ ਸੀ ਵੀ ਯਾਰ ਜਿਹੜਾ ਜਿਹੜੀ ਆਹ ਚੀਜ਼ ਹੋ ਰਹੀ ਆ ਨਾ, ਇਹ ਨਹੀਂ ਹੋਣੀ ਚਾਹੀਦੀ ਗੀ? ਜੀ, ਬਹੁਤ ਚੀਜ਼ਾਂ ਹੈਗੀਆਂ ਦਿਮਾਗ ਦੇ ਵਿੱਚ। ਹੁਣ ਦੁਆਬਾ ਸਭ ਤੋਂ ਪਹਿਲਾਂ ਮਾਈਗ੍ਰੇਟ ਹੋਇਆ ਜੀ, ਅਤੇ ਦੁਆਬੇ ਦੀਆਂ ਤੀਜੀਆਂ ਚੌਥੀਆਂ ਪੀੜ੍ਹੀ ਜਿਹੜੀਆਂ ਉੱਧਰ ਬਾਹਰ ਚੱਲ ਰਹੀਆਂ, ਖਾਸ ਕਰ ਇੰਗਲੈਂਡ ਦੇ ਵਿੱਚ ਪੰਜਵੀਂ ਪੀੜ੍ਹੀ ਤੱਕ ਚੱਲ ਰਹੀਆਂ ਆਪਣੇ, ਅਤੇ ਇੱਦਾਂ ਦੇ ਅੱਖੀ ਹਾਲਾਤ ਦੇਖੇ ਆ ਵੀ ਉਹਨਾਂ ਨੂੰ ਕਈਆਂ ਨੂੰ ਤਾਂ ਆਪਣੇ ਗੋਤ ਵੀ ਨਹੀਂ ਪਤਾ, ਅਤੇ ਆਪਣਾ ਧਰਮ ਆਪਣਾ ਕਲਚਰ ਜਾਣੀ ਸਾਰਾ ਕੁਛ ਛੱਡੀ ਬੈਠੇ ਆ। ਅਤੇ ਦੂਜੇ ਸਭ ਤੋਂ ਵੱਡੀ ਗੱਲ ਇਹ ਲੱਗਦੀ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੁਆਬੇ ਨੂੰ ਕਦੇ ਤਾਨਾ ਨਾ ਵੱਜਣ ਲੱਗ ਪਵੇ ਯਾਰ, ਇਹ ਲੋਕ ਵੀ ਇਹ ਧਰਤੀ ਛੱਡ ਕੇ ਭੱਜ ਗਏ ਭੱਜ ਗਏ ਵੀ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਜਿਹਨਾਂ ਦੀ ਚਰਨ ਛੋਹ ਧਰਤੀ ਜੀ 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 ਜੀ, ਅਤੇ ਇੰਨਾ ਸਟਰਗਲ ਇੰਨਾ ਸੰਘਰਸ਼ ਇਸ ਧਰਤੀ ਦੇ ਕੀਤਾ ਵੀ ਕਦੇ ਸਾਨੂੰ ਇਹ ਮਿਹਣਾ ਨਾ ਵੱਜਣ ਲੱਗ ਪਵੇ ਵੀ ਇਹ ਲੋਕ ਇਹ ਧਰਤੀ ਨੂੰ ਛੱਡ ਕੇ ਭੱਜ ਗਏ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਸਭ ਤੋਂ ਵੱਡੀ ਗੱਲ ਹੁਣ ਹਰ ਇੱਕ ਸਿੱਖ ਹਰਿਮੰਦਰ ਸਾਹਿਬ ਆਪਣਾ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ ਜੀ, ਠੀਕ ਹੈ ਜੀ, ਅਤੇ ਇਹ ਕਿਤੇ ਨਾ ਕਿਤੇ ਡਰ ਸਤਾਉਂਦਾ ਆ ਵੀ ਰੱਬ ਨਾ ਕਰੇ ਵੀ ਕਿਤੇ ਵੀ ਸਾਡੇ ਧਰਤੀ 'ਤੇ ਵੀ ਸਾਡੇ ਉਹਨਾਂ ਸਥਾਨਾਂ 'ਤੇ ਰੱਬ ਨਾ ਕਰੇ ਵੀ ਇੱਧਰ ਕੋਈ ਸਮਾਂ ਆਵੇ ਕਦੇ ਭੀੜ ਪੈਂਦੀ ਆ ਜੀ, ਕਿ ਸਾਡੇ ਉਹ ਲੋਕ ਜਿਹੜੇ ਉੱਧਰ ਵੱਸ ਗਏ ਵੀ ਉਹ ਮੁੜਨਗੇ। ਹਾਂ, ਇਹ ਇੱਧਰ ਇਹ ਚੀਜ਼ਾਂ ਬਹੁਤ ਸਤਾਉਂਦੀਆਂ ਵੀ ਅਸੀਂ ਆਪਣੇ ਕਲਚਰ ਤੋਂ ਅਸੀਂ ਆਪਣੀ ਧਰਤੀ ਤੋਂ ਵੀ ਜਿੰਨਾ ਦੂਰ ਹੋਈ ਜਾਂਦੇ ਆ ਵੀ ਵਾਪਸੀ ਸਾਡੀ ਬਹੁਤ ਔਖੀ ਆ। ਹਾਂ, ਗੱਲ ਤੁਹਾਡੀ ਠੀਕ ਹੈ, ਕਿਉਂਕਿ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਵੀ ਜਿਹੜੇ ਦੇਸ਼ ਦੀ ਤੁਸੀਂ ਤਰੱਕੀ ਦੇਖਣਾ ਚਾਹੁੰਦੇ ਹੋ ਉਸ ਦੇਸ਼ ਦੇ ਵਿੱਚ ਯੂਥ ਦੀ ਬਹੁਤ ਆਸ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਪੰਜਾਬ ਸੂਬੇ ਨੂੰ ਲੈ ਕੇ ਚੱਲੋ ਵੀ ਪੰਜਾਬ ਸੂਬਾ ਯੂਥ ਦੇ ਸਿਰ 'ਤੇ ਹੀ ਤਰੱਕੀ ਕਰ ਸਕਦਾ। ਬਿਲਕੁਲ ਬਿਲਕੁਲ। ਅਤੇ ਯੂਥ ਆਪਣਾ ਇੰਨਾ ਧੜਾਧੜ ਇੰਨੀ ਭੇਡ ਚਾਲ ਦੇ ਵਿੱਚ ਆ ਗਿਆ ਕਿ ਉਹ ਬਿਨਾਂ ਸੋਚੇ ਸਮਝੇ ਐਡੇ ਵੱਡੇ ਡਿਸੀਜਨ ਲੈ ਰਹੇ। ਜਿਹੜੇ ਸਰਦੇ ਵਰਦੇ ਘਰ ਹੈ ਉਹ ਵੀ ਇਸ ਚੀਜ਼ ਨੂੰ ਪ੍ਰੈਫਰ ਕਰਦੇ ਵੀ ਸਾਡਾ ਜਵਾਕ ਦਾ ਵੀ ਬਾਹਰ ਹੀ ਜਾਵੇ, ਇੱਥੇ ਕੋਈ ਭਵਿੱਖ ਨਹੀਂ ਹੈਗਾ। ਬਿਲਕੁਲ ਬਿਲਕੁਲ ਬਾਈ ਜੀ, ਆਪਾਂ ਹਰ ਇੱਕ ਚੀਜ਼ 'ਤੇ ਸਰਕਾਰਾਂ ਨੂੰ ਦੋਸ਼ ਕਰਨ ਲੱਗ ਪੈਂਦੇ ਹਾਂ, ਪਰ ਸਾਡੇ ਇੰਡੀਵਿਜੁਅਲ ਤੌਰ 'ਤੇ ਪਿੰਡ ਤੌਰ 'ਤੇ ਵੀ ਆਪਾਂ ਦੇਖਿਆ ਜਾਵੇ ਵੀ ਜਿਹੜੇ ਵੀ ਜਿਹੜਾ ਭੇਡ ਚਾਲ ਦਾ ਸਮਾਂ ਚੱਲ ਰਿਹਾ ਇਹਦੇ ਵਿੱਚ ਕੋਈ ਸਾਨੂੰ ਸਮਝਾਉਣ ਵਾਲਾ ਸਾਨੂੰ ਗਾਈਡ ਕਰਨ ਵਾਲਾ ਕੋਈ ਹੈ ਨਹੀਂ ਗਾ। ਠੀਕ ਹੈ ਵੀ ਹੁਣ ਜੇ ਆਪ ਘਰ ਘਰ ਮੁੱਖ ਮੰਤਰੀ ਜਾ ਕੇ ਤਾਂ ਨਹੀਂ ਕਹਿ ਸਕਦਾ, ਜਾਂ ਐਮ ਐਲ ਏ ਘਰ ਘਰ ਜਾ ਕੇ ਤਾਂ ਨਹੀਂ ਕਹਿ ਸਕਦੇ, ਇਹ ਤਾਂ ਠੀਕ ਹੈ ਸਰਕਾਰ ਵੱਲੋਂ ਵੀ ਕੁਛ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ, ਪਰ ਸਾਨੂੰ ਪਿੰਡ ਪੱਧਰ 'ਤੇ ਵੀ ਜਿਹੜੇ ਸਾਡੇ ਬੁੱਧੀਜੀਵ ਹੈਗੇ ਆ ਸਾਡੇ ਬਜ਼ੁਰਗ ਹੈਗੇ ਆ ਵੀ ਸਾਨੂੰ ਆਪ ਹੀ ਅਮਲਾ ਮਾਰਨਾ ਨੌਜਵਾਨੀ ਨੂੰ ਇੱਥੇ ਰੋਕਣ ਦੇ ਲਈ, ਮੇਰੇ ਹਿਸਾਬ ਨਾਲ ਤਾਂ ਇਹੀ ਇੱਕ ਹੱਲ ਹੋ ਸਕਦਾ। ਪੇਰੈਂਟਸ ਨੂੰ ਕਿੱਥੋਂ ਤੱਕ ਤੁਸੀਂ ਸਮਝਦੇ ਹੈ ਵੀ ਪੇਰੈਂਟਸ ਨੂੰ ਜਿਹੜਾ ਆਪਦੇ ਪੇਰੈਂਟਸ ਦਾ ਮਾਂ ਪਿਓ ਦਾ ਰੋਲ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜਾਂ ਆਪਦੇ ਜਵਾਕਾਂ ਨੂੰ ਗਾਈਡ ਕਰਨ ਵਾਸਤੇ ਉਹ ਕਿੰਨਾ ਕੁ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਪੰਜਾਬੀ ਪੇਰੈਂਟਸ ਆ ਜਾਂ ਜਿਹੜੇ ਪੰਜਾਬ 'ਚ ਰਹਿ ਰਹੇ ਆ? ਬਾਈ ਜੀ, ਇੱਦਾਂ ਵੀ ਸਾਡੇ ਲੋਕ ਹੁਣ ਧੜਾ ਧੜ ਜਿੱਦਾਂ ਜਾ ਰਹੇ ਆ ਬਿਨਾਂ ਸੋਚੇ ਸਮਝੇ ਜਾ ਰਹੇ ਆ, ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਆ। ਹਾਂ, ਅਤੇ ਉਹਦੇ ਵਿੱਚ ਹੁਣ ਪੇਰੈਂਟਸ ਦਾ ਤਾਂ ਹੁਣ
ਬੱਚਿਆਂ ਨੂੰ ਮਾਹੌਲ ਹੀ ਆਲੇ ਦੁਆਲੇ ਹੁਣ ਤੁਸੀਂ ਦੇਖੋ ਨਾ, ਕਦੇ ਸ਼ਹਿਰ ਚ ਨਿਕਲ ਜਾਓ ਤੁਹਾਨੂੰ ਥਾਂ ਥਾਂ ਆਈਲੈਟਸ ਸੈਂਟਰ ਮਿਲਣਗੇ, ਥਾਂ ਥਾਂ ਏਜੰਟਾਂ ਦੇ ਬੋਰਡ ਲੱਗੇ ਮਿਲਣਗੇ, ਹੈ ਨਾ, ਉਹ ਆਲੇ ਦੁਆਲਾ ਇੱਥੇ ਐਸਾ ਹੈ ਨਾ। ਤੇ ਹੁਣ ਮਾਪੇ ਹੁਣ ਕਈਆਂ ਦੇ ਇਕਲੌਤੇ ਕਈਆਂ ਦੇ ਸਾਮੀ ਆ, ਜਿਵੇਂ ਤੁਸੀਂ ਤੁਹਾਨੂੰ ਪਤਾ ਹਰ ਇੱਕ ਘਰ ਦੇ ਬਿਲਕੁਲ ਬਿਲਕੁਲ ਵੀ ਅੱਜ ਕੱਲ੍ਹ ਤਾਂ ਬਹੁਤੇ ਦੇ ਕੱਲਾ ਕੱਲਾ ਜਵਾਕ ਹੀ ਹੁੰਦਾ, ਉਹ ਵੀ ਜਦ ਬਾਹਰ ਤੁਰ ਜਾਂਦਾ ਆਪਾਂ ਦੇਖਿਆ ਵੀ ਪਿਛੇ ਕੈਨੇਡਾ ਤੋਂ ਕਿੰਨੀਆਂ ਖਬਰਾਂ ਆਈਆਂ, ਅਮਰੀਕਾ ਤੋਂ ਕਿੰਨੀਆਂ ਖਬਰਾਂ ਆਈਆਂ ਵੀ ਤੁਸੀਂ ਦੇਖੋ ਪੈਸੇ ਵੀ ਜਾਂਦੇ ਆ ਵੀ ਘਰ ਵੀ ਉਜੜ ਜਾਂਦਾ ਆ ਵੀ ਜਵਾਕ ਵੀ ਨਹੀਂ ਮੁੜ ਕੇ ਵਾਪਸ ਮਿਲਦਾ, ਹਨਾ। ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਸਾਨੂੰ ਇਹ ਚੀਜ਼ਾਂ ਤੋਂ ਅਵੇਅਰਨੈਸ ਤੇ ਓਬਵੀਅਸਲੀ ਵੀ ਜੀ ਇਹ ਸਿਆਣਿਆਂ ਤੋਂ ਹੀ ਗੱਲ ਸ਼ੁਰੂ ਹੋਣੀ ਚਾਹੀਦੀ ਹੈ ਤੇ ਬਾਕੀ ਸਾਡੇ ਸਕੂਲਾਂ ਦੇ ਵਿੱਚ ਸਿਸਟਮ ਥੋੜ੍ਹਾ ਜਿਹਾ ਵੀ ਕਿਤੇ ਨਾ ਕਿਤੇ ਵੀ ਸਰਕਾਰ ਵੱਲੋਂ ਤੇ ਪੇਰੈਂਟਸ ਵੱਲੋਂ ਰਾਜ ਤੋਂ ਪੇਰੈਂਟਸ ਤੋਂ ਤੇ ਸਮਾਜ ਵੱਲੋਂ ਹਾਂਜੀ ਸਾਰਾ ਮਿਲਦਾ ਯੋਗਦਾਨ ਪਊਗਾ ਤਾਂ ਇਸ ਚੀਜ਼ ਨੂੰ ਸੁਧਾਰ ਹੋਊਗਾ। ਬਿਲਕੁਲ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਬਾਈ ਜੀ, ਤੁਸੀਂ ਆ ਮੈਂ ਆ ਜਿਹੜਾ ਵੀ ਸਮਾਜ ਦਾ ਹਿੱਸਾ ਆ ਸਾਰਿਆਂ ਨੂੰ ਆਪਣੇ ਤੌਰ ਤੇ ਕੁਛ ਨਾ ਕੁਛ ਇਸ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਡਾ ਪੰਜਾਬ ਖਾਲੀ ਹੋ ਜਾਊਗਾ। ਇੱਥੇ ਫਿਰ ਪੰਜਾਬ ਵਾਪਸੀ ਆ ਕੇ ਅੱਗੇ ਫਿਰ ਕੀ ਫਿਊਚਰ ਦਾ ਪਲਾਨ ਕੋਈ ਸੋਚਦੇ ਆ ਕੁਛ ਬਾਈ ਜੀ? ਜਿੱਦਾਂ ਪਲੈਨ ਤੇ ਬਹੁਤ ਕੁਛ ਆ ਹਜੇ, ਪਰ ਫਿਲਹਾਲ ਮੇਰੇ ਲਈ ਸਭ ਤੋਂ ਵੱਡੀ ਸਟਰਗਲ ਤੇ ਇਹ ਆ ਵੀ ਬੱਚਿਆਂ ਨੂੰ ਵਾਪਸ ਲੈ ਕੇ ਆਉਣਾ, ਪਰਿਵਾਰ ਸਮੇਤ ਵਾਪਸ ਆਉਣਾ ਜੀ। ਸਭ ਤੋਂ ਵੱਡੀ ਜਦੋਜਹਿਦ ਇਹ ਆ ਵੀ ਉਹਨਾਂ ਦਾ ਪੈਰ ਧਰਾਵ ਇੱਥੇ ਕਰਨਾ, ਇਹ ਸਭ ਤੋਂ ਵੱਡੀ ਸਟਰਗਲ ਆ। ਚਲੋ ਕੰਮ ਧੰਦਾ ਰਹੇ ਜਿੱਥੇ ਬੰਦਾ ਰਹਿੰਦਾ ਬਾਈ ਜੀ, ਉਹ ਕੋਈ ਨਾ ਕੋਈ ਕਰ ਹੀ ਲੈਂਦਾ। ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਬੰਦਾ ਬਾਹਰ 15-16 ਸਾਲ ਲਾਇਆ ਆ ਤੇ ਉਹ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਆ ਕੇ ਕੋਈ ਕੰਮ ਕਰਨ ਤੋਂ ਸ਼ਰਮ ਮੰਨੂਗਾ। ਬਿਲਕੁਲ ਬਿਲਕੁਲ ਬਾਈ ਜੀ, ਅਸੀਂ ਅਣਖ ਤੇ ਸ਼ਰਮ ਨੂੰ, ਹੈ ਨਾ, ਜਿਹੜੀ ਸਾਡੀ ਸ਼ਰਮ ਆ ਉਹਨੂੰ ਅਣਖ ਸਮਝੀ ਬੈਠੇ ਆ ਵੀ, ਜੋ ਕਿ ਸਾਨੂੰ ਅਣਖ ਹੋਰ ਹੁੰਦੀ ਹੈ, ਸ਼ਰਮ ਹੋਰ ਹੁੰਦੀ ਹੈ। ਸਾਨੂੰ ਜਦ ਅਸੀਂ ਬਾਹਰ ਵੀ ਜਾਂਦੇ ਹਾਂ ਉੱਥੇ ਹਰ ਇੱਕ ਪੱਧਰ ਦਾ, ਹਰ ਇੱਕ ਤਰੀਕੇ ਦਾ, ਜਿੱਦਾਂ ਦਾ ਵੀ ਕੰਮ ਮਿਲਦਾ ਕਰਦੇ ਹਾਂ, ਤੇ ਇੱਥੇ ਅਸੀਂ ਇਹ ਧਰਤੀ ਸਾਡੀ ਆਪਣੀ ਹੈ, ਹੈ ਨਾ। ਜੇ ਅਸੀਂ ਇਹਦੇ ਪ੍ਰਤੀ ਵਫਾ ਦਿਖਾਵਾਂਗੇ ਤੇ ਇਹ ਦੁੱਗਣਾ ਹੀ ਦਊਗੀ ਸਾਨੂੰ। ਇੱਕ ਤਾਂ ਕਹਿੰਦੇ ਹੁੰਦੇ ਫਾਇਦਾ ਹੈਗਾ ਵੀ ਬਾਹਰ ਜਾਣ ਦਾ, ਜਿਹੜਾ ਕੋਈ ਇੱਧਰ ਜਿਹਨੂੰ ਕੋਈ ਨਹੀਂ ਦੁਨੀਆਦਾਰੀ ਦੀ ਸਮਝ ਆਉਂਦੀ, ਬਾਹਰ ਜਾ ਕੇ ਪਹਿਲਾਂ ਤਾਂ ਉਹਦਾ ਧੌਣ ਵਾਲਾ ਕਿੱਲਾ ਕਹਿੰਦੇ ਹੁੰਦੇ ਆ ਉਹ ਪਹਿਲਾਂ ਨਿਕਲਦਾ, ਫਿਰ ਉਹਨੂੰ ਸਮਝ ਵੀ ਆ ਜਾਂਦਾ ਵੀ ਦੁਨੀਆ ਕਿੱਥੇ ਕੁ ਖੜੀ ਆ, ਕਿਵੇਂ ਮੈਂ ਕਮਾਈ ਕਰਨੀ ਆ, ਕਿਵੇਂ ਮੈਂ ਗਰੋ ਕਰਨਾ ਹੈਗਾ। ਬਿਲਕੁਲ ਬਾਈ, ਘਰ ਤੋਂ ਦੂਰ ਹੋ ਕੇ ਘਰ ਦੇ ਜਿਹੜੀ ਕੀਮਤ ਹੈ ਨਾ ਪਤਾ ਲੱਗਦੀ ਆ, ਰਿਸ਼ਤਿਆਂ ਦੀ ਵੈਲਿਊ ਵੀ ਦੂਰ ਹੋ ਕੇ ਹੀ ਪਤਾ ਲੱਗਦੀ ਆ। ਇਹ ਤੇ ਗੱਲ ਸੱਚ ਆ, ਪਰ ਬਾਈ ਗੱਲ ਇਹ ਆ ਵੀ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਜਵਾਕ ਇੱਥੋਂ ਉੱਧਰ ਭੇਜ ਰਹੇ ਹਾਂ, ਉਹੀ ਘਟਨਾਵਾਂ ਜਦ ਮੋਹਰੇ ਹੁੰਦੀਆਂ ਵੀ ਆਪਾਂ ਕਈ ਦੇਖਿਆ ਕਿ ਕਈ ਘਰੇ ਖਾਲੀ ਹੋ ਗਏ ਵੀ ਇਕਲੌਤਾ ਜਵਾਕ ਸੀ ਵੀ ਉਹ ਵੀ ਡੱਬੇ ਦੇ ਵਿੱਚ ਬੰਦ ਹੋ ਗਿਆ ਆ, ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਬਿਲਕੁਲ ਬਿਲਕੁਲ, ਵੀ ਸਾਨੂੰ ਉਹ ਵੀ ਚੀਜ਼ਾਂ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ ਵੀ ਜਿਹੜਾ ਜਵਾਕ ਹੀ ਅਸੀਂ ਗਵਾ ਲਿਆ ਤਾਂ ਫਿਰ ਪਿੱਛੇ ਕੀ ਰਹਿ ਗਿਆ, ਕਿਉਂਕਿ ਅਸਲ ਪ੍ਰੋਪਰਟੀ ਤਾਂ ਕਹਿੰਦੇ ਹੁੰਦੇ ਆ ਤੁਹਾਡੀ, ਡਾਲਰ ਜ਼ਰੂਰ ਤੁਹਾਡੇ ਖਾਤੇ 'ਚ ਹੋਣਗੇ ਪਰ ਜੇ ਤੁਹਾਡੇ ਜਵਾਕ ਤੁਹਾਡੇ ਹੱਥੋਂ ਨਿਕਲ ਗਏ ਤਾਂ ਫਿਰ ਉਹ ਸਮਾਂ ਵਾਪਸ ਨਹੀਂ ਆਉਂਦਾ। ਬਿਲਕੁਲ ਬਿਲਕੁਲ ਬਾਈ, ਹਾਂਜੀ, ਮੇਨ ਪ੍ਰੋਪਰਟੀ ਤੁਹਾਡੀ ਕਹਿ ਲਓ ਵੀ ਧੀਆਂ ਪੁੱਤ ਤੁਹਾਡੇ ਬੱਚੇ ਹੀ ਆ, ਠੀਕ ਹੈ ਜੀ। ਤੇ ਜੇ ਅਸੀਂ ਪੈਸਾ ਵੀ ਗਵਾ ਲਿਆ, ਬੱਚੇ ਵੀ ਗਵਾ ਲਿਆ ਤੇ ਫਿਰ ਕਿੱਥੇ ਜਾਵਾਂਗੇ? ਕੋਈ ਹੋਰ ਮੈਸੇਜ ਤੁਸੀਂ ਪੰਜਾਬ ਦੇ ਯੂਥ ਨੂੰ ਦੇਣਾ ਚਾਹੁੰਦੇ ਆ ਤਾਂ? ਨਹੀਂ ਬਾਈ ਜੀ, ਇਹੀ ਆ ਵੀ ਚਲੋ ਆਪਾਂ ਪ੍ਰਵਾਸ ਨੂੰ 100% ਮਾੜਾ ਵੀ ਨਹੀਂ ਕਹਿੰਦੇ, ਠੀਕ ਆ ਜਾਓ ਕਮਾਈਆਂ ਕਰੋ, ਕਮਾਈ ਕਰਕੇ ਮੁੜ ਕੇ ਇਸ ਧਰਤੀ ਤੇ ਆ ਜਾਓ ਬਾਈ ਜੀ। ਇਹ ਪੰਜਾਬ ਨੂੰ ਪੰਜਾਬੀ ਹੀ ਪੰਜਾਬ ਬਣਾ ਸਕਦੇ ਆ, ਕਿਸੇ ਬਾਹਰਲੇ ਤੋਂ ਆਪਾਂ ਉਮੀਦ ਨਹੀਂ ਕੋਈ ਵੀ ਰੱਖ ਸਕਦੇ, ਰੱਖ ਸਕਦੇ, ਇਸ ਲਈ ਵੀ ਸਾਰੇ ਵਾਪਸ ਜ਼ਰੂਰ ਆਓ। ਦੋਸਤੋ, ਇਹ ਸੀ ਗੱਲਾਂ ਬਾਤਾਂ ਬਾਈ ਉੱਪਲ ਨਾਲ। ਬਾਈ ਨੇ ਬਹੁਤ ਸੋਹਣੀਆਂ ਗੱਲਾਂ ਪ੍ਰਵਾਸ ਨੂੰ ਲੈ ਕੇ ਕੀਤੀਆਂ ਜਾਂ ਉੱਥੇ ਕੀ ਮਾਹੌਲ ਹੈ, ਪੰਜਾਬ 'ਚ ਪੰਜਾਬ ਦੇ ਬਾਰੇ ਉਹਨਾਂ ਦੀ ਕੀ ਸੋਚ ਹੈ, ਫੈਮਿਲੀ ਬਾਰੇ ਕੀ ਸੋਚ ਹੈ। ਅਤੇ ਅਸੀਂ ਪਰਮਾਤਮਾ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਇਹਨਾਂ ਨੇ ਸੁਪਨੇ ਸਜੋਏ ਆ ਉਹ ਇਹਨਾਂ ਦੇ ਜਲਦੀ ਪੂਰੇ ਹੋਣ, ਸਾਰਾ ਪਰਿਵਾਰ ਹੱਸਦਾ ਖੇਡਦਾ ਅਸੀਂ ਪੰਜਾਬ ਦੀ ਧਰਤੀ 'ਤੇ ਦੇਖੀਏ, ਅਤੇ ਫਿਰ ਤੁਹਾਨੂੰ ਬਾਈ ਹੋਰਿਆਂ ਨਾਲ ਸਾਰੇ ਫੈਮਿਲੀ ਨਾਲ ਇੱਕ ਜਿਹੜੀ ਮੁਲਾਕਾਤ ਦੇ ਤੌਰ 'ਤੇ ਜ਼ਰੂਰ ਅਸੀਂ ਇਹਨਾਂ ਦੀ ਜਿਹੜੀ ਹੈਗੀ ਇੰਟਰਵਿਊ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਵਾਂਗੇ।
ਅਤੇ ਇਹੀ ਉਮੀਦ ਕਰਦੇ ਹਾਂ ਕਿ ਪੰਜਾਬ ਦਾ ਜਿਹੜਾ ਭਵਿੱਖ ਆ ਆਉਣ ਵਾਲੇ ਸਮੇਂ ਦੇ ਵਿੱਚ ਸੋਹਣਾ ਹੋਊਗਾ ਅਤੇ ਸੋਹਣਾ ਜਿਹੜਾ ਹੋ ਕੇ ਰਹੂਗਾ। ਅਸੀਂ ਜਿਹੜੇ NRI ਭਰਾ ਜਿਹੜੇ ਕੁਛ ਸੋਚਦੇ ਆ ਵਾਪਸ ਮੁੜਨਾ ਚਾਹੁੰਦੇ ਆ ਜਾਂ ਉਹਨਾਂ ਦੇ ਪਲੈਨ ਚੱਲ ਰਹੇ ਆ ਤਾਂ ਜ਼ਰੂਰ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆਓ। ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ ਹੋਊਗਾ। ਬਾਈ ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਬਾਈ ਜੀ। ਜੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਈਮੇਲ ID ਚੌਹਾਨ ਗੁਰਪ੍ਰੀਤ @yahoo.co.in 'ਤੇ ਰਾਬਤਾ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।